ਪਾਉਣ ਦੇ ਲਈ ਕਹਿੰਦੇ ਭਗੇਲ ਸਿੰਘ ਕਮਾਨ ਦਾ ਪੁੱਤਰ ਹੈ। ਸਾਰੀ ਸੰਗਤ ਨੂੰ ਬੇਨਤੀ ਕਰਦੇ ਆ ਵੀ ਤਾੜੀਆਂ ਮਾਰ ਦਿਓ ਜ਼ੋਰਦਾਰ। ਤੜਪੇ ਦਾ ਸੰਦੀਪ, ਮਾਤਾ ਗੁਰਵਿੰਦਰ ਕੌਰ ਦੀ ਅੱਖੀਆਂ ਦਾ ਤਾਰਾ, ਭਾਈ ਦੀ ਚੜ੍ਹਤ ਹੈ, ਹੁਣ ਕੌਣ ਜੱਫਾ ਲਾਵੇਗਾ। ਇਹ ਸਮੇਂ ਦੀਆਂ ਗੱਲਾਂ ਹੋਣੀਆਂ, ਐਨ ਤੁਗਾਂ ਵਾਲਾ ਨੌਈਆਂ ਨਾ ਹੋ ਤੁਗ 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 ਐਨ ਹੋ ਚੁੱਕਿਆ ਹੈ। ਪਹਿਲੀ ਕਬੱਡੀ ਪਾਉਣ ਦੇ ਲਈ ਕਹਿੰਦੇ ਭਗੇਲ ਸਿੰਘ ਕਮਾਨ ਦਾ ਪੁੱਤਰ ਹੈ। ਸਾਰੀ ਸੰਗਤ ਨੂੰ ਬੇਨਤੀ ਕਰਦੇ ਆ ਵੀ ਤਾੜੀਆਂ ਮਾਰ ਦਿਓ ਜ਼ੋਰਦਾਰ। ਤੜਪੇ ਦਾ ਸੰਦੀਪ, ਮਾਤਾ ਗੁਰਵਿੰਦਰ ਕੌਰ ਦੀ ਅੱਖੀਆਂ ਦਾ ਤਾਰਾ, ਪਰ ਇਧਰਲੇ ਪਾਸੇ ਮੁਕਾਬਲਾ ਸਖਤ ਹੈ। ਨਹੀਂ ਰੀਸਾ ਆ ਸੰਦੀਪ, ਦੜਬੇ ਵਾਲਾ ਸੰਦੀਪ, ਬੱਲੇ 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 ਹੋ ਗਈ ਮਿੱਤਰੋ, ਹੋ ਗਈ ਮਿੱਤਰੋ, ਹੋ ਗਈ ਮਿੱਤਰੋ। ਲੈ ਵੀ ਕਾਬਲ ਦੱਸੀ ਮੁੰਡਾ ਕਿਹੜਾ ਗੋਡੀ ਬਾਹਰੇ ਨਾ ਜਾਂਦਾ। ਇਧਰਲੇ ਪਾਸੇ ਵੇਖਦੇ ਹਾਂ ਵੀ ਸਾਹਿਬਜ਼ਾਦਾ ਅਜੀਤ ਸਿੰਘ, ਜੁਝਾਰ ਸਿੰਘ ਚਮਕੌਰ ਸਾਹਿਬ ਕਲੱਬ ਦਾ ਖਿਡਾਰੀ ਇਸ ਵੇਲੇ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ। ਜਾਫੀ ਚਾਰ, ਚਾਰਾਂ ਦੇ ਵਿੱਚੋਂ ਤੀਸ਼ਾ ਚੱਕਾਂ ਵਾਲਾ ਮੇਰੇ ਮਿੱਤਰੋ, ਬੱਲੇ 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 ਬਾਵੇ ਗੱਭਰੂ ਹੈ, ਬੱਬੂ ਆ ਗਿਆ। ਨੂਰਪੁਰਾ ਬੇਡ ਪਿੰਡ ਵਾਲਾ, ਲੁਧਿਆਣੇ ਦੀ ਧਰਤੀ ਹੈ, ਆਬਾਦੀ ਦਾ ਵੱਡਾ ਜ਼ਿਲ੍ਹਾ। ਕਹਿੰਦੇ ਆਸਾ ਸਿੰਘ ਮਸਤਾਨਾ ਜੀ ਨੇ ਬੜਾ ਸੁਰੀਲਾ ਗਾਇਆ, ਦੁਨੀਆਂ ਨੇ ਸੁਣਿਆ ਵੀ ਹੋਇਆ ਕੀ ਜੇ ਕੁੜੀਆਂ ਤੂੰ ਦਿੱਲੀ ਸ਼ਹਿਰ ਦੀ, ਮੈਂ ਵੀ ਜੱਟ ਲੁਧਿਆਣੇ ਦਾ। ਪਰ ਬੜਾ ਜਾਨ ਹੈ ਇਸ ਖਿਡਾਰੀ ਦੇ ਜਿਸਮ ਦੇ ਵਿੱਚ, ਤਕੜੇ ਪਣ ਦਾ ਵਾਧਾ ਹੋ ਚੁੱਕਿਆ। ਕਬੱਡੀ ਪਾਉਣ ਦੇ ਲਈ ਨੌਜਵਾਨ ਲਾਲੀ ਸਮਾਣੇ ਵਾਲਾ, ਲਾਲੀ ਸਮਾਣੇ ਵਾਲਾ ਕਬੱਡੀ ਬਾਹਰ ਹੈ। ਇੱਕ ਪਾਸੇ ਕਹਿੰਦੇ ਤੁਕ 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 ਤੁਕਾ ਵਾਲਾ ਲੱਗਿਆ ਹੋਇਆ, ਤੇ ਦੂਸਰੇ ਪਾਸੇ ਮੁਕਾਬਲਾ ਸਖਤ ਖੇਡ ਦੇ ਮੈਦਾਨ ਦੇ ਵਿੱਚ ਐਨ ਲੱਗਿਆ ਹੋਇਆ ਪੂਰਾ ਜ਼ੋਰ। ਖੇਡ ਦੇ ਮੈਦਾਨ ਦੇ ਵਿੱਚ ਵੱਜ ਗਈ ਕੈਂਚੀ, ਹੋ ਗਈ ਬੱਲੇ ਬੱਲੇ, ਹੋ ਗਏ ਹੰਦ ਦੂਰ, ਤੇ ਪੁਆਇੰਟ ਰੇਡਰ ਦਾ ਆ ਗਿਆ ਸੋਢੀ ਫਤਿਹਗੜ੍ਹ ਛਿੰਨਾ ਵਾਲਾ ਨਗਲੇ ਵਾਲਿਆ। ਐਨ ਕਹਿੰਦੇ ਪਾਲੀ ਦੇ ਪਿੰਡ ਦਾ ਮੁੰਡਾ, ਤੇ ਮੁੰਡੇ ਦੀ ਚੜ੍ਹਤਾ ਚੜ੍ਹਾਈ ਹੈ, ਕੱਲ ਵੀ ਖੇਡ ਕੇ ਗਿਆ। ਪਰ ਜਾਫੀ ਚਾਰ ਹੈ, ਚਾਰੋ ਤਿਆਰ ਹੈ, ਧਰਤੀ ਕਹਿੰਦੇ ਲਹਿਰੇ ਦੀ ਹੈ, ਦੁਨੀਆ ਦੂਰ ਦੁਰਾਡੇ ਤੋਂ ਪੁੱਜੀ ਹੋਈ ਹੈ। ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦਾ ਕੱਪ ਹੈ, ਗੱਲਾਂ ਦੂਰ ਦੁਰਾਡੇ, ਪਰ ਸਾਹਮਣੇ ਸਰਦਾਰ ਹੈ, ਟਰਾਈ ਤਕੜੀ ਹੈ, ਵੱਜਦੇ ਹੋਏ ਧੱਕੇ, ਉਖੜੇ ਪੈਰ ਤੇ ਤਕੜੇ ਪੈਣ ਦਾ ਵਾਧਾ ਇਸ ਵੇਲੇ। ਨੌਜਵਾਨ ਗੱਭਰੂ ਆਪਣੀ ਟੀਮ ਦੇ ਲਈ ਕਰਦਾ ਹੋਇਆ, ਮੈਚ ਪੂਰਾ ਚੋਟੀ ਦਾ ਖੇਡਿਆ ਜਾ ਰਿਹਾ, ਤੰਦੂਲਕਰ ਪਾਈ ਵਾਲਾ। ਵਾਹ ਤੰਦੂਲਕਰ, ਇੱਕ ਸਚਿਨ ਤੰਦੂਲਕਰ ਹੈ ਜਿਹਨੂੰ ਕਹਿੰਦੇ ਦੁਨੀਆ ਕ੍ਰਿਕਟ ਦਾ ਗੌਡ ਕਹਿੰਦੀ ਹੈ। ਪਰ ਆਹ ਖਿਡਾਰੀ ਨੇ ਵੀ ਪਰਸੋਂ ਦੁੱਗਾ ਵਾਲੇ ਤੇ ਜਿਹੜੀਆਂ ਕਬੱਡੀਆਂ ਪਾਈਆਂ ਨੇ, ਜਿਹੜੀ ਦੁਨੀਆ ਨੇ ਵੇਖਿਆ ਉਹ ਯਾਦ ਕਰਦੀ ਹੈ। ਇਹ ਆ ਪਾਈ ਪਿੰਡ ਵਾਲਾ ਸਚਿਨ, ਮੇਰੇ ਵੀਰੋ ਮੈਦਾਨ ਦੇ ਵਿੱਚ ਰੇਡ ਪਾ ਰਹੇ ਹੈ। ਇੱਕ ਪਾਸੇ ਚਿਰਾਗਦੀਨ, ਨਾਲ ਦੁੱਗਾ ਵਾਲਾ, ਇਹ ਆ ਕਹਿੰਦੇ ਮੰਝਾਂ ਵਾਲੇ ਦਾ ਚਿਰਾਗਦੀਨ, ਨਕੋਦਰ ਦੇ ਏਰੀਏ ਦਾ ਇਸ ਸਮੇਂ ਕਰਦਾ ਮੁਕਾਬਲਾ, ਕਰਦਾ ਹੰਦ ਦੂਰ। ਫਿਰੋਜ਼ਪੁਰੀ ਹੈ, ਨਛੱਤਰ ਢਾਂਡੀ ਨੂੰ ਕੌਣ ਨਹੀਂ ਜਾਣਦਾ, ਆਲਮ ਵਾਲਾ ਪਿੰਡ ਹੈ। ਪਰ ਸਾਹਮਣੇ ਹੁਸ਼ਿਆਰਪੁਰੀ ਇਸ ਵੇਲੇ ਕਬੱਡੀ ਪਾਉਣ ਦੇ ਲਈ, ਫੌਜੀ ਸ਼ਾਮ 84 ਵਾਲਾ, ਕਹਿੰਦੇ ਮਹਿੰਦਰ ਪੋਲੇ ਵਰਗੇ, ਕਦੇ ਮਾਲਾ ਜੱਟਾਂ ਦੇ ਤੋਖੀ ਵਰਗੇ, ਕਾਰੀ ਸ਼ਰੀ ਦੇ ਕਾਕੇ ਵਰਗੇ, ਪਰ ਸਾਹਮਣੇ ਪੱਟੀ ਗਈ ਖੁੱਚ, ਵੱਜ ਗਈ ਪ੍ਰੈਸ, ਉਹ ਬੱਲੇ 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 ਬਾਵੇ ਗੱਭਰੂ ਆ ਸਵਾਦ ਕਬੱਡੀ ਦਾ। ਪਰ ਫੌਜੀ ਭੱਜ ਗਿਆ। ਦਵਿੰਦਰ ਕੌਰ ਜੀ ਨਾਂ ਦੱਸੋ ਮੁੰਡੇ ਦਾ, ਭੇਲੂ ਬਡਵਾਲੀ ਵਾਲਾ ਜੀ ਨੇ ਹੁਣ ਟਰਾਈ ਕੀਤੀ ਹੈ, ਪਰ ਸਾਹਮਣੇ ਸਰਦਾਰ ਆ ਗਿਆ। ਲੈ ਵੀ ਖੋਖਰ ਵਾਲਿਆ ਕਰੀ ਗੱਲ ਗੱਭਰੂ, ਆਓ ਸਾਹਮਣੇ ਸਿੰਘ ਕਿੰਗ ਦੀ ਰੇਡ ਹੈ। ਇੱਕ ਪਾਸੇ ਨਿਰਮਲ ਸਿੰਘ ਪੰਚ ਦਾ ਪੁੱਤਰ ਹੈ ਜਿਸਨੇ ਇੰਡੀਆ ਦੀ ਟੀਮ ਦੀ ਕਪਤਾਨੀ ਵੀ ਕੀਤੀ ਹੈ, 4-4 ਟ੍ਰੈਕਟਰ ਜਿੱਤੇ ਹੈ, 4-4 ਟ੍ਰੈਕਟਰ ਜਿੱਤੇ ਹੈ। ਮੇਰੇ ਵੀਰੋ ਇੱਕ ਜੱਟ ਨੂੰ ਸਾਰੀ ਉਮਰ ਦੇ ਵਿੱਚ ਇੱਕ ਟ੍ਰੈਕਟਰ ਲੈਣਾ ਮੁਸ਼ਕਲ ਹੋ ਜਾਂਦਾ ਹੈ, ਪਰ ਇਹ ਕਹਿੰਦੇ 4-4 ਟ੍ਰੈਕਟਰਾਂ ਦਾ ਜੇਤੂ ਹੈ। ਇਧਰਲੇ ਪਾਸੇ ਗੱਲ ਵੱਖਰੀ ਹੈ, ਉਧਰ ਪਰਸ਼ੋਤਮ ਗੋਇਲ ਜੀ ਇਸ ਕਲੱਬ ਦੇ ਖਜ਼ਾਨਾ ਮੰਤਰੀ ਨੇ, ਸਾਡੇ ਵੀਰ ਸੰਵੀਕ ਸਿੰਘ ਜੀ ਹੈਨਰੀ, ਨਾਲ ਕਿਰਪਾਲ ਸਿੰਘ ਜੀ ਨਾਥਾ, ਹੈਪੀ ਠੇਕੇਦਾਰ ਕਰਮਜੀਤ ਟੋੜਾ, ਰਾਜਾ ਚੰਡੀਗੜ੍ਹੀਆ ਕਾਲਾ ਪੁੱਟੋ, ਸਾਰੇ ਸਾਡੇ ਭਰਾ ਹੈ। ਹਰਿਆਣੇ ਵਾਲਾ ਨੰਗਲ ਦੇ ਕਬੱਡੀ ਕੱਪ ਤੇ ਲੱਭੀ ਉਹਨਾਂ ਨੇ ਨੋਵਾ ਦਿੱਤੀ ਹੈ, ਜੀਂਦ ਦੇ ਵਿੱਚੋਂ ਆਇਆ ਤੇ ਮਦੀਨਾ ਪਿੰਡ ਹੈ। ਪਰ ਤਕੜੇ ਪਿੰਡ ਦਾ ਵਾਧਾ ਇਸ ਵੇਲੇ ਨੌਜਵਾਨ ਗੱਭਰੂ ਕਰ ਗਿਆ। ਕਨੇਡਾ ਵੀ ਖੇਡਿਆ, ਚੜ੍ਹਤਾ ਚੜ੍ਹਾਈ ਹੈ, ਪਰ ਸ਼ੋਕੀ ਇਸ ਵੇਲੇ ਕਬੱਡੀ ਪਾਉਣ ਦੇ ਲਈ ਨੌਜਵਾਨ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਚਮਕੌਰ ਸਾਹਿਬ ਅਕੈਡਮੀ ਦਾ ਇਸ ਵੇਲੇ ਖਿਡਾਰੀ, ਤੀਰ ਵਰਗਾ ਗੱਭਰੂ ਕਮਾਨ ਬਣਿਆ ਹੋਇਆ। ਸਾਹਮਣੇ ਨੌਜਵਾਨ ਗੱਗੂ ਇਸ ਵੇਲੇ ਟਰਾਈ ਕਰਦਾ ਹੈ ਨਡਾਲੇ ਦੇ।
प्रधान नॉर्थ इंडिया फेडरेशन दे सुरजन सिंह जी चट्ठा साहब आए है। बड़ी बड़ी शख्सियत है, कबड्डी दी रोल है, रेगुलेशन है नॉर्थ इंडिया दा। लेवी काबल सरदार सुरजन सिंह जी चट्ठा कबड्डी दे गवर्नर आए है। आपां धन्नवाद करांगे कि हांदे लंघदे जदों थापी मारदा है लगे जिवें बेले ओ शेर दहाड़दा है। जिहदी खेड़ नूं मन्ने जग सारा जाफी ला के उत्तों दी मारदा है। जिहदे जोर अगे इंग्लैंड कनेडा दुबई हली बेस्ट फड़िया सत समुंदरों पार दाए। कमल खोखर दा यारो सच लिखदा संदीप लुधर यारो नाम पहाड़ा है। जिहने हुण जफा लाया है गोल्ड या नौजन बाकी दुनिया लुटन वाली गल की है। सामने नौजन छोकी वो पले 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 भावे चिराग दीन फिरोजपुरी नौजन गबरू ऐन करवाउंदा होया पले पले नछत्तर ढांडी नूं दुनिया जाण रही है पर तकड़े पड़ रहा है। इस वेले नौजन गबरू वाधा करदा होया बबो नूरपुर बेड़ दा इस वेले नौजन याफी चार है चारो त्यार है। सुरजन चट्ठा जी प्रधान साहब भी पुजे हुए है। बिट्टू जसपाल बंगरा जी एक्टिंग प्रधान है ग्राउंड दे पिच है पर सामने गोल्डी नौजन मुंडा करदा होया ट्राई। हो वाह वे गबरू है वाह के सीटी मार अर्जना वे पुलगी मोड़ के लाबो लाली लाली आ गया रेड पाउंड दे लई। हुण वेखदे आ वी चार जाफियां दे विच इक पासे नौजन दिशा है आलोवल ढेरिया वाला जा कहिंदे ने वी चक्का वाला पर नाल कहिंदे दुगा वाला है। इधरले पासे मुकाबला सख्त है लग्या है पूरा जोर खेड़ दे मैदान दे विच। उधर साडा वीर दीप फैशन पॉइंट वाला वह भी विशेष तौर पर पुजा है मान सम्मान भी होणगे। लाओ सामने सोनी फतेहगढ़ छन्ना वाला सोनी इस वेले कबड्डी पाने के लिए नौजन तैयार है। जिला पटियाले का राजे महाराजा की धरती है बाबे आले का बसाया शहर है। ट्राई उसे ने की जिन्हें पहला पले पले करवाई है। मेरे मित्रों बची हुई प्रेस है समा पीत रहा जाफी चीड़ा वो पले 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 बावे गबरू है ऐन मेला लुटन वाली गल कर दिती है। इस नौजन ने बल्ले बल्ले हो गई है खेड़ दे मैदान दे विच किंडा ढोडे माजरे की धरती का इस वेले नौजन गबरू जफा ला गया लवी खोखर वाले खिंच ला गया फोटो लाओ सामने सजन आ गया रेड पाउण दे लई। हरियाणे वाला थप्पा गुजुल्फा वाले खिडारी खेड़ दे मैदान दे विच है। एक पासे निर्मल सिंह पंच का पुत्र है जिसने कहिंदे चार ट्रैक्टर जीते है ते जिसका कहिंदे 40 लाख की कार दे नाल सन्मान किया है। बबल संगरूर माण करदा है बबल संगरूर माण करदा है। लो इधरले पासे मुकाबला सख्त है इस बार कहिंदे गगनपुर की टीम भी बलवीर सिंह जी बिट्टू कहिंदे उतरेगी मैदान दे विच। वाह दिशा नहीं रिसा है ले भी बबू आ गया नौजवान है ना हशियारपुरी इस वेले नौजवान कबड्डी पाउण दे लई फौजी ऐन पाधा होया सलामू दा पीर है। गल्लां दुनिया दे विच है पर सामने यापी चार है चारां दे विचों कौन हुण बल्ले बल्ले करवा देगा। हशियारपुरी उहदी कबड्डी है ते नौजवान इस वेले टोडरपुरी नूं मार टच तकड़े पड़दा पाधा नौजवान गबरू करदा होया नाल ही कबड्डी पाउण दे लई चमकौर साहब की धरती है। पर वट पहली जिहड़ी वाटर ब्रेक है आराम दे पल होणगे। साडे विचकार पुष्पेंद्र जोशी जी पहुंचे ने हरदीप पंच जी गुरजंट बलरा तो पहुंचे ने जी आखद सारे इन्होंने भरावान इतने पहुंचने से बहुत बहुत धन्यवाद है सारे दर्शकों का जेडे कि आनंद उठा रहे हैं। अज्ज इस कबड्डी कप का नॉर्थ इंडिया फेडरेशन के मुकाबले अंतरराष्ट्रीय पद्धर के जोड़े खिडारी अज अपने जोड़े आ जोर दिखा रहे हैं। और उधरवाल जी लड़की का लास्ट चक्कर है साउंड वाले वीर बेनते भी हले दो सैमीफाइनल मैच पाए है प्लीज दर्शक वीर जुड़े हुए हैं प्लीज भाई जी समय तो देवे प्लीज मैच बहुत तकड़े है प्लीज तो चरणों की बेनती है संगत बड़े पद्धर से जुड़ी हुई है प्लीज आप रिक्वेस्ट है तुम्हें समा देवे बहुत हाले मैच पे है। ओके कबड्डी खेड प्रमोटर पप्पी फुलावाल जी जानकारी देने फुलावाल का कबड्डी कप 11 जनवरी 2019 को 24 टीमां सद्दे पत्र वाली जिहदे अंतरराष्ट्रीय पद्धर के खिडारी होणगे 71 दे 51 दे इनाम ने जी। बिंदा इस वेले चमकौर साहब की धरती है तीर वर्गा गबरू कमान बनया होया
ਉਹ ਧਰਤੀ ਨੂੰ ਕੌਣ ਨਹੀਂ ਜਾਣਦਾ। ਸਾਹਮਣੇ ਨੌਜਨ ਜਾਪੀ ਚਾਰ ਹੈ, ਸੰਭਾਵ ਵਾਲੇ ਦੀ ਟਰਾਈ ਹੈ ਤੇ ਸੱਤੀ ਨਾਮ ਹੈ। ਸੁੱਚੇ ਸੂਰਮੇ ਦਾ ਪੇਂਡੂ ਇਸ ਵੇਲੇ ਨੌਜਨ ਗਬਰੋ ਜੇ ਲੱਗ ਗਿਆ ਜੱਫਾ ਤੇ ਸਵਾਦ ਪਰ ਐਨ ਨੌਜਨ ਤਕੜੇ ਪਿੰਡ ਦਾ ਵਾਧਾ ਕਰਦਾ ਹੋਇਆ ਜਿਉਣੇ ਮੌੜ ਦਾ ਕਹਿੰਦੇ ਨਾਨਕੇ ਪਿੰਡ ਹੈ ਸਮਾਓ। ਪਰ ਇਧਰਲੇ ਪਾਸੇ ਸੀਲੂ ਹਰਿਆਣੇ ਵਾਲਾ ਲੈ ਵੀ ਖੋਖਰ ਵਾਲਾ ਕਰ ਗਿਆ ਗੱਲ ਗਬਰੂ ਲਓ। ਸੀਲੂ ਦਾ ਕਹਿੰਦੇ ਮਦੀਨਾ ਪਿੰਡ ਹੈ ਤੇ ਇਸ ਖਿਡਾਰੀ ਨੂੰ ਵੀ ਬੱਬਲ ਸੰਗਰੂਰ ਨੇ ਨੋਵਾ ਗੱਡੀ ਦੇ ਨਾਲ ਸਨਮਾਨ ਕੀਤਾ। ਜਿਸ ਸਾਲ ਮੰਗੀ ਨੂੰ BMW, ਦੁਗਾ ਦੇ ਖੁਸ਼ੀ ਨੂੰ ਸਵਿਫਟ, ਖੀਰਾਵਾਲ ਦੇ ਗਗੀ ਨੂੰ ਵੀ ਕਹਿੰਦੇ ਸਵਿਫਟ ਤੇ ਇਸ ਖਿਡਾਰੀ ਨੂੰ ਨੋਵਾ ਦਿੱਤੀ ਹੈ, ਨੋਵਾ ਦਿੱਤੀ ਹੈ। ਪਰ ਇਧਰਲੇ ਪਾਸੇ ਹਰਿਆਣੇ ਵਾਲਾ ਵਾਹ ਲੈ ਵੀ ਕਾਬਲ ਕਰੀ ਗੱਲ ਉਹਨੇ ਕਿਹੜਾ ਮੁੰਡਾ ਆ ਗਿਆ। ਇਧਰਲੇ ਪਾਸੇ ਛੋਕੀ ਕਬੱਡੀ ਪਾਉਣ ਦੇ ਲਈ ਤਿਆਰ ਹੈ, ਯਾਪੀ ਚਾਰ ਹੈ, ਚੜਾਈ ਹੈ ਤੁਗਾ ਵਾਲੇ ਦੀ ਤੇ ਦਿਸ਼ੇ ਨੂੰ ਦੁਨੀਆ ਜਾਣਦੀ ਹੈ ਸਮਾਂ ਵਾਲੇ ਦਾ ਨਾਂ। ਪਰ ਸਾਹਮਣੇ ਡਬਲ ਟੱਚ ਹੋ ਗਿਆ ਇਸ ਵੇਲੇ ਨੌਜਨ ਤਕੜੇ ਪੜ ਦਾ ਵੱਧ ਹੈ। ਸੰਦੀਪ ਲੋਧਰ 2017 ਦੇ ਟੋਰਾਂਟੋ ਵਰਲਡ ਕੱਪ ਦਾ ਵੀ ਬੈਸਟ ਹੈ, ਦੁਨੀਆ ਦਵਾਨੀ ਹੈ, ਚੜ੍ਹਤ ਚੜ੍ਹਾਈ ਹੈ ਇਸ ਨੌਜਨ ਦੀ। ਐਨ ਨੌਜਨ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ। ਕੋਈ ਕਹਿੰਦਾ ਵੀ ਰਸ਼ੀਆ ਦੇ ਟੈਂਕ ਜਿੰਨੀ ਜਾਨ ਹੈ, ਏਦਾਂ ਲੱਗਦਾ ਜਿਵੇਂ ਸਭਾ ਗੁਰਦਾਸਪੁਰੀ ਆ ਕਿਤੇ ਕਬੱਡੀ ਪਾਉਂਦਾ ਹੋਵੇ। ਜਾਂ ਫਿਰ ਚਾਰਾਂ ਦੇ ਵਿੱਚੋਂ ਬੜਾ ਤਿੱਖਾ ਬੱਲੇ ਬੱਲੇ ਹੋ ਗਈ ਆ ਮੇਰੇ ਮਿੱਤਰੋ ਸੀਪਾ ਖੇੜੀ ਗੁਜਰਾਂ ਵਾਲਾ ਇਸ ਵੇਲੇ ਜੱਫਾ ਲਾ ਗਿਆ। ਇੱਕ ਹਲੋਰ ਤਾੜੀ ਮਾਰ ਦਿਓ ਸੰਬੰਧਿਤ ਨਾਤੇ। ਮਿਊਂਸੀਪਲ ਕਮੇਟੀ ਦਾ ਦੋ ਤਿੰਨ ਜਿਹੜੇ ਮੁਲਾਜ਼ਮ ਨੇ ਪਲੀਜ਼ ਕਿਰਪਾ ਕਰਕੇ ਉਹ ਸਾਡੇ VIP ਸਟੇਜ ਦੇ ਸਾਹਮਣੇ ਆਉਣ ਜੀ। ਮਿਊਂਸੀਪਲ ਕਮੇਟੀ ਦੇ ਦੋ ਤਿੰਨ ਮੁਲਾਜ਼ਮ ਉਹਨਾਂ ਨੂੰ ਬੇਨਤੀ ਹੈ ਜੀ ਹਿੰਦਾ ਉਹਨਾਂ ਦੇ ਦੋ ਤਿੰਨ ਮੁਲਾਜ਼ਮ ਸਟੇਜ ਦੇ ਸਾਹਮਣੇ ਆਉਣ ਜੀ ਮਿਹਰਬਾਨੀ। ਸੰਦੀਪ ਤੈਨੂੰ ਦੁਨੀਆ ਬਹੁਤ ਪਿਆਰ ਕਰਦੀ ਹੈ ਪਰ ਸੰਦੀਪ ਦੇ ਸੱਟ ਲੱਗ ਗਈ ਸੀ ਦੁਬਾਰਾ ਫੇਰ ਗੋਡੇ ਦੇ ਆਪਰੇਸ਼ਨ ਤੋਂ ਬਾਅਦ ਨੌਜਵਾਨ ਗਰਾਊਂਡਾਂ 'ਚ ਉਤਰਿਆ। ਵਾਹਿਗੁਰੂ ਮਿਹਰ ਕਰੇ ਤਾਂ ਉਹ ਸਾਹਮਣੇ ਪਈ ਹੋਈ ਰੇਡ ਇਸ ਸਮੇਂ ਬੱਬੂ ਨੂਰਪੁਰੇ ਵਾਲੇ ਦੀ ਪਰ ਉਧਰਲੇ ਪਾਸੇ ਪਾਸਾ ਪਲਟਣ ਵਾਲੀ ਗੱਲ ਖੇਡ ਦੇ ਮੈਦਾਨ ਦੇ ਵਿੱਚ ਹੋ ਗਈ ਹੈ। ਜਨਤਾ ਖੁਸ਼ ਹੈ ਐਨ ਕਹਿੰਦੇ ਪੂਰਾ ਜ਼ੋਰ ਲੱਗਿਆ ਹੋਇਆ ਲੈ ਵੀ ਕਾਬਲ। ਇਹ ਕਹਿੰਦੇ ਗਿਆਨੀ ਸੀ ਵਿਸਾਲਪੁਰੇ ਵਾਲਾ ਜੀ ਨੇ ਹੁਣ ਗੱਡਾ ਡਈਆਂ ਤੇ ਕੀਤਾ ਪਰ ਸਾਹਮਣੇ ਕਬੱਡੀ ਪਾਉਣ ਦੇ ਲਈ ਨੌਜਨ ਲਾਲੇ। ਇਹ ਕਹਿੰਦੇ ਪਨੀ ਦਾ ਵੀਰ ਹੈ ਸਾਹਮਣੇ ਸੱਤੀ ਹੈ ਉਹ ਪੱਲੇ 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 ਭਾਵੇਂ ਗੱਭਰੂ ਆ ਲੱਗਿਆ ਪਿਆ ਜ਼ੋਰ ਪਰ ਬੜੀ ਜਾਨ ਹੈ ਇਸ ਖਿਡਾਰੀ ਦੇ ਜਿਸਮ ਦੇ ਵਿੱਚ ਤਕੜੇ ਪੈਰ ਦਾ ਵਾਧਾ ਲਾਲੀ ਬਣੀ ਦਾ ਵੀਰ ਸਵਾਣੇ ਵਾਲਾ ਕਰ ਗਿਆ ਪਰ ਸੋਨੀ ਆ ਗਿਆ। ਜਾਫੀ ਚਾਰ ਹੈ ਚਾਰੋ ਤਿਆਰ ਹੈ ਪੱਟਾਂ ਤੇ ਪੋਲੀਆਂ ਪੋਲੀਆਂ ਥਾਪੀਆਂ ਵੱਜਦੀਆਂ ਹੁਣ ਕੌਣ ਬੱਲੇ ਬੱਲੇ ਕਰਵਾਵੇਗਾ। ਦੁਨੀਆ ਵੀ ਵਹਿੰਦੀ ਆ ਨਜ਼ਾਰਾ। ਇਧਰਲੇ ਪਾਸੇ ਨੌਜਨ ਗੋਲਡੀ ਜੇ ਲੱਗ ਗਿਆ ਜੱਫਾ ਤੇ ਸਵਾਦ ਪਹਿਲਾਂ ਲੁੱਦਰ ਵੀ ਡੱਕਿਆ ਗਿਆ ਪਰ ਸੋਨੀ ਤੇ ਸੋਨੀ ਲੈ ਵੀ ਖੋਖਰ ਵਾਲਿਆ ਕਰੀ ਗੱਲ ਗੱਭਰੂ ਆ ਤੰਦੂਲ ਕਰ ਸਚਿਨ ਬਈ ਜਿਹਨੂੰ ਜਿਹਨੂੰ ਮੈਚ ਦਾ ਦਿਲੋਂ ਸਵਾਦ ਆ ਰਿਹਾ ਇੱਕ ਵਾਰ ਜ਼ੋਰਦਾਰ ਤਾੜੀ ਮਾਰ ਕੇ ਦੱਸੋ। ਵਾਹ ਜੀ ਵਾਹ ਸੰਗਤ ਐਨ ਖੁਸ਼ ਹੈ ਲਹਿਰੇ ਗਾਗੇ ਦਾ ਕਬੱਡੀ ਕੱਪ ਹੈ ਹੈਨਰੀ ਸਾਹਿਬ ਐਨ ਕਹਿੰਦੇ ਬੱਲੇ ਬੱਲੇ ਹੋਈ ਪਈ ਹੈ। ਲਓ ਹੁਣ ਵੇਖਦੇ ਵੀ ਚਾਰ ਜਾਫੀਆਂ ਦੇ ਵਿੱਚ ਸੱਤੀ ਜਾਂ ਫਿਰ ਚਿਰਾਗਦੀਨ ਜਾਂ ਫਿਰ ਦਿਸ਼ਾ ਜਾਂ ਫਿਰ ਦੁੱਗਾ ਵਾਲਾ ਪਰ ਇਹ ਕਹਿੰਦੇ ਸੁੱਚੇ ਸੂਰਮੇ ਦਾ ਪੇਂਡੂ ਹੈ ਕਾਲਾ ਕੌਥਮਪੁਰ ਵਾਲਾ ਸ਼ੇਰੇ ਗਿੱਲ ਦਾ ਕਹਿੰਦੇ ਐਨ ਪਿਆਰਾ ਵੀਰ ਖੇਡ ਦੇ ਮੈਦਾਨ ਦੇ ਵਿੱਚ ਮੁਕਾਬਲਾ ਕਰਦਾ ਕੁਲਥਮ ਵਾਲਾ ਫੈਸਲੇ ਕਰਦਾ ਨਹੀਂ ਰਹੇ ਦੁਨੀਆ ਦੇ ਵਿੱਚ ਸਰਦਾਰ ਲੈਂਬਰ ਸਿੰਘ ਜੀ ਕਾਂਗੋਰਾਂ ਦਾ ਪਿੰਡ ਹੈ ਪਰ ਗੱਲਾਂ ਦੁਨੀਆ ਦੇ ਵਿੱਚ ਤੇ ਹੁਸ਼ਿਆਰਪੁਰ ਹੈ। ਇਸ ਵੇਲੇ ਨੌਜਨ ਗੱਭਰੂ ਕਬੱਡੀ ਪਾਉਣ ਦੇ ਲਈ ਤਿਆਰ ਹੈ ਜਾਫੀ ਚਾਰ ਹੈ ਹੁਣ ਕੌਣ ਇਧਰਲੇ ਪਾਸੇ ਨੌਜਨ ਟੋਡਰਪੁਰੀ ਹੈ ਜੇ ਲੱਗ ਗਿਆ ਜੱਫਾ ਤੇ ਸਵਾਦ ਮੇਰੇ ਮਿੱਤਰੋ ਬੱਲੇ 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 ਬਾਹੇ ਗੱਭਰੂ ਹੈ ਤਕੜੇ ਪੈਰ ਦਾ ਵਾਧਾ ਇਸ ਵੇਲੇ ਨੌਜਨ ਗੱਭਰੂ ਕਰਦਾ ਹੋਇਆ ਰਵੀ ਚਮਕੌਰ ਸਾਹਿਬ ਵਾਲਾ ਆ ਗਿਆ ਕਰੀ ਗੱਲ ਗੱਭਰੂ ਹੈ ਲਓ ਸਾਹਮਣੇ ਆ ਗਿਆ ਨੌਜਵਾਨ ਰੇਡ ਪਾਉਣ ਦੇ ਲਈ ਦੇਵੀ ਮਖਸੂਸਪੁਰੀ ਜੀ ਨੇ ਗੱਲ ਕੀਤੀ ਹੈ ਕਿ ਗੁਰੂ ਗੋਬਿੰਦ ਸਿੰਘ ਦੇ ਅੰਮ੍ਰਿਤ ਵਾਲੀਆਂ ਧਾਰਾਂ ਕਿਹੜੇ ਮੁੱਲ ਮਿਲੀਆਂ ਇਹ ਤਾਂ ਪਹਿਨਣ ਵਾਲੇ ਜਾਣਦੇ ਨੇ ਦਸਤਾਰਾਂ ਕਿਹੜੇ ਮੁੱਲ ਮਿਲੀਆਂ ਅਸੀਂ ਮੰਨਣਾ ਯਾਰ ਦੇ ਭਾਣੇ ਨੂੰ ਸਿੱਖੀ ਦਾ ਪਹਿਲਾ ਕਾਇਦਾ ਏ ਤੱਤੀ ਤਵੀ ਤੇ ਸਹਿਜ ਵਿਛਾ ਦਈਏ ਫੁੱਲ ਸਮਝ ਲਿਆ ਗਿਆਰਾਂ ਨੂੰ
सिखी किस पा मिलती है जरा पुछ के वेख सरदारा नो इंद्रपाल भी आया बाजवे वाला कहिंदे बिंदू दियां गल्लां दुनिया दे विच होईआं है पर सामने संदीप लुधर बघेल सिंह घमान दा पुत्तर है जापी चार है ये हुण जफा लग गया ते दुनिया गल्लां करो पर बल्ले बल्ले हुई पई है मेरे मित्रों दुनिया पेंदी है लग गया लत्ती भज गई प्रेस बल्ले 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 वाहे कबरू है टोडरपुर वाले ने ट्राई तकड़ी की है पर लुधर इस वेले भज गया नौजन लभी शोकी आ गया खोखर वाले कर गया गल गभरू लो शोकी आ गया दर्शक वीरो कबड्डी पाने के लिए जदों कदे कहिंदे लुधर दे विच अजिहा समां सी अज तो नगड़े वाले 10 साल पहला जे 20 कबड्डियां पाउंदा सी ना तां 15 जफे खा बैठदा सी पर अज अजिहा समां है ये वाहिगुरू की मर्जी है समा बलवान है भी जे 25 कबड्डियां पा देना ਤਾਂ ਫਿਰ 25 ਪੁਆਇੰਟ ਪ੍ਰਾਪਤ ਕਰ ਲੈਂਦਾ ਇਹ ਸਮੇਂ ਦੀ ਗੱਲ ਹੈ ਇੰਦਰਪਾਲ ਸਿੰਘ ਜੀ ਬਾਜਵਾ ਤੇ ਨੰਗਲ ਅੰਬੀਆਂ ਦੇ ਸੰਦੀਪ ਦੀ ਇਹ ਤਿਆਰ ਕੀਤੀ ਹੋਈ ਟੀਮ ਹੈ ਲੈਵਲ ਕਵਲ ਇਧਰਲੇ ਪਾਸੇ ਟਰਾਈ ਤਕੜੀ ਹੈ ਪਰ ਬੱਬੂ ਭੱਜ ਗਿਆ ਇੱਕ ਭਿੰਡਰਾਂ ਵਾਲੇ ਦੀ ਚੜ੍ਹਤ ਹੈ ਕਦੇ ਪੜਾਣੇ ਵਾਲਾ ਤਕੜਾ ਖੇਡਿਆ ਗੱਲਾਂ ਹੋਈਆਂ ਜਲਾਲ ਵਾਲੇ ਦੀਆਂ ਹਿੰਦਾ ਥੌਲੇ ਵਾਲਾ ਇਸ ਵੇਲੇ ਨੌਜਵਾਨ ਕਬੱਡੀ ਪਾ ਰਿਹਾ ਬੜਾ ਤੇਜ ਹੈ ਬੜਾ ਸ਼ਾਰਪ ਹੈ ਬੜਾ ਸਪੀਡੀ ਹੈ ਜਾਫੀ ਚਾਰ ਹੈ ਚਾਰੋ ਤਿਆਰ ਹੈ ਹੁਣ ਕੌਣ ਸਾਹਮਣੇ ਚੱਕਾ ਵਾਲੇ ਨੂੰ ਟੱਚ ਹੋ ਗਿਆ ਤੇ ਤਕੜੇ ਪਿੰਡ ਦਾ ਵਾਧਾ ਭਾਵੇਂ ਕੱਦ ਛੋਟਾ ਨੈਪੋਲੀਅਨ ਬੋਨਾਪਾਰਟ ਫਰਾਂਸ ਦੇ ਬਾਦਸ਼ਾਹ ਦਾ ਕੱਦ ਛੋਟਾ ਸੀ ਪਰ ਇਤਿਹਾਸ ਦੇ ਵਿੱਚ ਨਾਂ ਵੱਡਾ ਰਿਹਾ ਸੋਨੀ ਇਸ ਵੇਲੇ ਇੱਕ ਸਨੇਤ ਵਾਲਾ ਮਸ਼ਹੂਰ ਹੋਇਆ ਗੱਲਾਂ ਦੁਨੀਆ ਦੇ ਵਿੱਚ ਹੋਈਆਂ ਪਰ ਜਾਫੀ ਚਾਰ ਹੁਣ ਕੌਣ ਲਾ ਕੇ ਜੱਫਾ ਬੱਲੇ ਬੱਲੇ ਕਰਵਾਵੇਗਾ ਦੁਨੀਆ ਵੀ ਦੂਰ ਦੁਰਾਡੇ ਤੋਂ ਪੁੱਜੀ ਹੋਈ ਹੈ ਚੱਠਾ ਸਾਹਿਬ ਵੀ ਬਿਰਾਜਮਾਨ ਹੈ ਤੇ ਨਾਲ ਗੁਰਮੇਲ ਕੌਰ ਜੀ ਬੜੀ ਸਤਿਕਾਰਯੋਗ ਸ਼ਖਸੀਅਤ ਸਾਹਮਣੇ ਗਿਆਨੀ ਦੀ ਟਰਾਈ ਹੈ ਬੱਲੇ ਬੱਲੇ ਹੋਈ ਪਈ ਹੈ ਮੇਰੇ ਮਿੱਤਰੋ ਸਵਾਦ ਲੱਗਿਆ ਪਿਆ ਜ਼ੋਰ ਪਰ ਤਕੜੇ ਪਿੰਡ ਦਾ ਵਾਧਾ ਇਸ ਵੇਲੇ ਨੌਜਵਾਨ ਗੱਭਰੂ ਕਰ ਗਿਆ ਬਰਸਾਲਪੁਰੀਏ ਨੇ ਟਰਾਈ ਕੀਤੀ ਸੀ ਲਾਲੀ ਆ ਗਿਆ ਲੈ ਵੀ ਲਾਲੀ ਆ ਗਿਆ ਨਗਲੇ ਵਾਲਿਆ ਰੇਡ ਪਾਉਣ ਦੇ ਲਈ ਜੱਫੇ ਲੱਗ ਜਾਂਦੇ ਨੇ ਜਦੋਂ ਕਹਿੰਦੇ ਲੁਧਿਆਣੇ ਦੇ ਲੋਧੀ ਕੱਪ ਤੇ ਨਾ ਬਾਜੇ ਖਾਨੇ ਦੇ ਹਰਜੀਤ ਨੇ ਪਹਿਲੀ ਕਬੱਡੀ ਪਾਈ ਤਾਂ ਬਿੱਟੂ ਭਾਜੀ ਨੂੰ ਯਾਦ ਹੋਣਾ ਧਨੌਲੇ ਦੇ ਜਗਤਾਰ ਨੇ ਪਹਿਲਾ ਜੱਫਾ ਲਾ ਦਿੱਤਾ ਜੱਫੇ ਕਬੱਡੀ ਦੇ ਵਿੱਚ ਲੱਗਦੇ ਰਹੇ ਹੈ ਤੇ ਲੱਗਦੇ ਰਹਿਣਗੇ ਜੱਫੇ ਹਰਜੀਤ ਨੂੰ ਵੀ ਲੱਗੇ ਹੈ ਜੱਫੇ ਲਲੀਆਂ ਦੇ ਸੰਦੀਪ ਨੂੰ ਵੀ ਲੱਗੇ ਹੈ ਜੱਫੇ ਦਰਬੇ ਦੇ ਸੰਦੀਪ ਨੂੰ ਵੀ ਲੱਗਦੇ ਹੈ ਇਹ ਕਬੱਡੀ ਦਾ ਇਤਿਹਾਸ ਹੈ ਨੌਜਵਾਨੋ ਕਿ ਰੇਡਾ ਚਾਹੇ ਲੱਖ ਪੈਣੀ ਆ ਗੱਲ ਜੱਫਿਆਂ ਤੇ ਮੁੱਕਣੀ ਰੇਡਾ ਚਾਹੇ ਲੱਖ ਪੈਣੀ ਆ ਗੱਲ ਜੱਫਿਆਂ ਤੇ ਮੁੱਕਣੀ ਸਾਡਾ ਚੇਲ ਦੂਜੀ ਬਾਰਡਰ ਬ੍ਰੇਕ ਤੇ ਹਾਫ ਸਮਾਂ ਜਿਹੜਾ ਹੋ ਗਿਆ ਥੋੜੇ ਆਰਾਮ ਦੇ ਪਲ ਹੋਣਗੇ ਤੇ ਫਿਰ ਮੈਚ ਦੀ ਬੜੀ ਜਲਦੀ ਸ਼ੁਰੂਆਤ ਹੋਵੇਗੀ ਖੇਡ ਦੇ ਮੈਦਾਨ ਦੇ ਵਿੱਚ ਕੁਝ ਹੀ ਪਲਾਂ ਦੇ ਵਿੱਚ ਸਾਡੇ ਵਿਚਕਾਰ ਆਵਾਜ਼ੇ ਪੰਜਾਬ ਸਰਦਾਰਨੀ ਰਜਿੰਦਰ ਕੌਰ ਭੱਠਲ ਵਾਈਸ ਚੇਅਰਪਰਸਨ ਪੰਜਾਬ ਯੋਜਨਾ ਬੋਰਡ ਪੰਜਾਬ ਮਾਨਯੋਗ ਸਾਬਕਾ ਮੁੱਖ ਮੰਤਰੀ ਪੰਜਾਬ ਸਾਡੇ ਵਿਚਕਾਰ ਪਹੁੰਚਣਗੇ ਸਵਾਗਤੀ ਜਿਹੜੀ ਟੀਮ ਹੈ ਉਹ ਮੇਨ ਗੇਟ ਤੇ ਪਹੁੰਚ ਗਈ ਹੈ ਮਾਹੀ ਜੀ ਉਹਨਾਂ ਦੇ ਨਾਲ ਸਰਦਾਰ ਬਲਵੀਰ ਸਿੰਘ ਸਿੱਧੂ ਜੀ ਕੈਬਨਿਟ ਮੰਤਰੀ ਐਨੂਅਲ ਹਾਊਸ ਪੈਂਟਰੀ ਪੰਜਾਬ ਕਰਾਚੋ ਸਾਹਿਬ ਸ਼ਾਹਕੋਟ ਦੇ ਜਿਹੜੇ ਪੁਆਇੰਟ ਆ ਉਹ 18.5 ਤੇ 16 ਪੁਆਇੰਟ ਆ ਚਮਕੌਰ ਸਾਹਿਬ ਦੇ ਵਾਹ ਜੀ ਵਾਹ ਤਾੜੀ ਮਾਰਦੇ ਕੁਮਾਰ ਜ਼ੋਰਦਾਰ ਮੈਚ ਬੜਾ ਤਕੜਾ ਖੇਡਿਆ ਜਾ ਰਿਹਾ ਫਸਵੀਂ ਟੱਕਰ ਹੈ ਉਹਨਾਂ ਦੇ ਨਾਲ ਸਰਦਾਰ ਬਿਕਰਮ ਸਿੰਘ ਜੀ ਬਾਜਵਾ ਦਾਮਾਦ ਸ੍ਰੀਮਤੀ ਰਜਿੰਦਰ ਕੌਰ ਭੱਠਲ ਸਾਬਕਾ ਮੁੱਖ ਮੰਤਰੀ ਪੰਜਾਬ ਸਾਡੇ ਕਲੱਬ ਦੇ ਸੰਪਾਦਕ ਸਰਦਾਰ ਰਾਹੁਲ ਇੰਦਰ ਸਿੰਘ ਜੀ ਸਿੱਧੂ ਸਾਹਿਬ ਪ੍ਰਧਾਨ ਯੂਥ ਕਾਂਗਰਸ ਲੋਕ ਸਭਾ ਸੰਗਰੂਰ ਸਾਡੇ ਵਿੱਚ ਪ੍ਰਚਾਰ ਚੰਦ ਮਿੰਟਾਂ ਦੇ ਵਿੱਚ ਹੀ ਪਹੁੰਚਣ ਵਾਲੇ ਨੇ ਆਪਾਂ ਉਹਨਾਂ ਦੇ ਇੱਥੇ ਪਹੁੰਚਣ ਦੇ ਸਮੁੱਚੇ ਕਲੱਬ ਵੱਲੋਂ ਸਮੁੱਚੇ ਦਰਸ਼ਕਾਂ ਵੱਲੋਂ ਸਮੁੱਚੇ ਖਿਡਾਰੀਆਂ ਵੱਲੋਂ ਨਿੱਘਾ ਸਵਾਗਤ ਕਰਾਂਗੇ ਜੀ ਆਇਆਂ ਨੂੰ ਆਖਾਂਗੇ ਸੋ ਅੱਜ ਦੇ ਸਾਡੇ ਮੁੱਖ ਮਹਿਮਾਨ ਥੋੜੇ ਸਮੇਂ ਦੇ ਵਿੱਚ ਹੀ ਪਹੁੰਚਣਗੇ ਲਓ ਚੱਲਦੇ ਆ ਖੇਡ ਦੇ ਮੈਦਾਨ ਦੇ ਵਿੱਚ ਅਗਲੀ ਗੱਲ ਖੇਡ ਦੇ ਮੈਦਾਨ ਦੇ ਵਿੱਚ ਠੌਲੇ ਵਾਲਿਆ ਸੰਗਤ ਖੁਸ਼ ਹੈ ਟਰਾਈ ਕਹਿੰਦੇ ਦੁੱਗਾਂ ਵਾਲੇ ਨੇ ਕੀਤੀ ਹੈ ਤੇ ਨਿਰਮਲ ਸਿੰਘ ਪੰਜ ਦੇ ਪੁੱਤ ਦਾ ਨਾਂ ਵੱਡਾ ਪਰ ਸਾਹਮਣੇ ਨੌਜਵਾਨ ਗੱਭਰੂ ਇਸ ਵੇਲੇ ਬੱਬੂ ਕਬੱਡੀ ਪਾਉਣ ਦੇ ਲਈ ਤਿਆਰ ਹੈ
ਵੀ ਖੋਖਰ ਵਾਲਿਆਂ ਮੁਬਾਰਕਬਾਦ ਆ ਮੋਟਰਸਾਈਕਲ ਦੇ ਨਾਲ ਮਾਨ ਸਨਮਾਨ ਹੋਣਗੇ ਕਰਮਜੀਤ ਟੌੜਾ ਲਾਡੀ ਬਿੱਕਰ ਸਾਡਾ ਭਰਾ ਪਰ ਸਾਹਮਣੇ ਨੌਜਨ ਕਲਹਿਰੀ ਮੋਰ ਬਣਿਆ ਪਿਆ ਜਾਫੀ ਚਾਰ ਬੋਲ ਜਾ ਤਹਿਰ ਸਰਜਮੀਨ ਲਹਿਰੇ ਦੀ ਹੈ ਟਰਾਈ ਤਕੜੀ ਹੈ ਪਰ ਬਚੀ ਹੋਈ ਪ੍ਰੈਸ ਹੈ ਇਸ ਵੇਲੇ ਨੌਜਨ ਤਕੜੇ ਪੜ ਰਿਹਾ ਵਾਧਾ ਕਰ ਗਿਆ ਲੈ ਵੀ ਪਾ ਕਬੱਡੀ ਗੱਭਰੂ ਹੈ ਚਮਕੌਰ ਸਾਹਿਬ ਵਾਲਾ ਬਿੰਦਾ ਇਸ ਵੇਲੇ ਕਬੱਡੀ ਪਾ ਰਿਹਾ ਬਿੰਦਾ ਕਬੱਡੀ ਪਾ ਰਿਹਾ ਲੈ ਵੀ ਦੁੱਗਾ ਵਾਲਿਆਂ ਜੇ ਦੁੱਗ ਦੁੱਗ ਨਾ ਹੋਈ ਨਾ ਤਾਂ ਲੋਕਾਂ ਨੇ ਕੱਟ ਕੇ ਫੇਸਬੁੱਕ ਤੇ ਪਾ ਦੇਣਾ ਵੀ ਦੁੱਗਾ ਵਾਲਾ ਆਇਆ ਸੀ ਤੇ ਫਿਰ ਦੁੱਗ ਦੁੱਗ ਨਹੀਂ ਕਰਾ ਕੇ ਗਿਆ ਇਸ ਸਮੇਂ ਦਾ ਇੰਤਜ਼ਾਰ ਹੈ ਜਫੇ ਦਾ ਨੌਜਵਾਨ ਲੌੜੇ ਬਹਿਣਗੇ ਜਫੇ ਦਾ ਲੌੜੇ ਬਹਿਣਗੇ ਲਓ ਸਾਹਮਣੇ ਬਿੰਦਾ ਇਸ ਸਮੇਂ ਅੰਕ ਦਾ ਵਾਧਾ ਕਰਦਾ ਹੋਇਆ ਆਪਣੀ ਟੀਮ ਦੇ ਲਈ ਲਾਈ ਕਾਬਲ ਫੌਜੀ ਸਾਹਮਣੇ ਬਿਲਕੁਲ ਤਿਆਰ ਰੇਡ ਪਾਉਣ ਦੇ ਲਈ ਫੌਜੀ ਹੁਣ ਵੇਖਦੇ ਹਾਂ ਵੀ ਚਾਰ ਜਾਫੀਆਂ ਦੇ ਵਿੱਚ ਕਿਹੜਾ ਗੱਭਰੂ ਮੁਕਾਬਲਾ ਕਰੇਗਾ ਉਹ ਆਪਾਂ ਸਮੇਂ ਦਾ ਇੰਤਜ਼ਾਰ ਕਰਾਂਗੇ ਸਾਰੀ ਇਲਾਕੇ ਦੇ ਵਿੱਚੋਂ ਪੁੱਜੀ ਹੋਈ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਮੁਕਾਬਲਾ ਸਖਤ ਹੈ ਲਹਿਰੇ ਦੀ ਧਰਤੀ ਹੈ ਐਨ ਕਹਿੰਦੇ ਰੌਣਕ ਵੱਡੀ ਹੈ ਲਓ ਸਾਹਮਣੇ ਵਾਹ ਓਏ ਗੱਭਰੂ ਦਾ ਐਨ ਕਹਿੰਦੇ ਪਾਈ ਵਾਲੇ ਨੇ ਟਰਾਈ ਕੀਤੀ ਸੀ ਇਹਦਾ ਨਾਂ ਕਾਲੀ ਹੈ ਪਰ ਹੁਣ ਤੰਦੂਲਕਰ ਆ ਗਿਆ ਕ੍ਰਿਕਟ ਵਾਲੇ ਨੂੰ ਕਹਿੰਦੇ ਭਾਰਤ ਰਤਨ ਅਵਾਰਡ ਮਿਲਿਆ ਤੇ ਵੱਡਾ ਅਵਾਰਡ ਹੈ ਇੰਡੀਆ ਦਾ ਪਰ ਦੁੱਗਾ ਵਾਲੇ ਨੂੰ ਦੁਨੀਆ ਦਾ ਅਵਾਰਡ ਹੈ ਜਾਫੀ ਚਾਰ ਹੈ ਚਲੋ ਤਿਆਰ ਹੈ ਹੁਣ ਕੌਣ ਤੇ ਸ਼ੁਸ਼ਕ ਵਾਲਾ ਫੁੱਲਾਂ ਵੀ ਆਣ ਸੈੱਟ ਦੇ ਵਿੱਚ ਖਲੋ ਗਿਆ ਨੌਜਵਾਨ ਪਰ ਤਕੜੇ ਪੜ ਦਾ ਵਾਧਾ ਇਸ ਵੇਲੇ ਤੰਦੂਲਕਰ ਪਾਈ ਵਾਲ ਨਾਲ ਹੀ ਸਾਡੇ ਸਰਦਾਰ ਬਲਵੀਰ ਸਿੰਘ ਜੀ ਬਿੱਟੂ ਮੈਨੂੰ ਪਹਿਲਾ ਸੈਮੀ ਫਾਈਨਲ ਮੈਚ ਸਰਹਾਲਾ ਕਲੱਬ ਰਣੂਆ ਤੇ ਦਸ਼ਮੇਸ਼ ਕਬੱਡੀ ਕਲੱਬ ਨਕੋਦਰ ਇਹਨਾਂ ਟੀਮਾਂ ਦੇ ਵਿੱਚ ਖੇਡਿਆ ਜਾਣਾ ਦੋਨੋਂ ਟੀਮਾਂ ਪਲੀਜ਼ ਤਿਆਰੀ ਫੜ ਲੈਣਗੀਆਂ ਤਾਂ ਉਹ ਸਾਹਮਣੇ ਸਿੱਲੂ ਹਰਿਆਣੇ ਵਾਲਾ ਮਦੀਨੇ ਵਾਲਾ ਐਂਡ ਅੱਜ ਕਹਿੰਦੇ 28ਵੇਂ ਵਰਲਡ ਕੱਪ ਦਾ ਬੈਸਟ ਰੇਡਰ ਰਿੰਕੂ ਖਰੈਂਟੀ ਵਾਲਾ ਵੀ ਪੁੱਜਾ ਹੋਇਆ ਉਧਰ ਕਬੱਡੀ ਦੇ ਗਵਰਨਰ ਦੇ ਤੌਰ ਤੇ ਜਾਣੇ ਜਾਂਦੇ ਆ ਸਰਦਾਰ ਸੁਰਜਣ ਸਿੰਘ ਜੀ ਚੱਠਾ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ 65 ਸਾਲ ਕਬੱਡੀ ਦੇ ਲੇਖੇ ਲਾ ਦਿੱਤੇ ਆ ਕਾਬਲੇ ਵੀ ਮਾਣ ਵਾਲੀ ਗੱਲ ਹੈ ਐਨ ਕਹਿੰਦੇ ਲਾਲੀ ਵਾਪਸ ਆ ਗਿਆ ਪਹਾੜ ਵਰਗਾ ਗੱਭਰੂ ਇੱਕ ਅੰਗਰੇਜ਼ ਦਾ ਵੀਰ ਮਸ਼ਹੂਰ ਹੋਇਆ ਰੈਂਚਾਂ ਵਾਲਾ ਸੱਜਣ ਸਿੰਘ ਧਾਲੀਵਾਲ ਦੇ ਪੁੱਤਰਾਂ ਨੂੰ ਕੌਣ ਨਹੀਂ ਜਾਣਦਾ ਗੱਲਾਂ ਦੂਰ ਦੁਰਾਡੇ ਇੱਕ ਬਟਾਲੀ ਵਾਲਾ ਮਸ਼ਹੂਰ ਪਰ ਸਾਹਮਣੇ ਸੋਨੀ ਇਸ ਵੇਲੇ ਕਬੱਡੀ ਪਾਉਣ ਦੇ ਲਈ ਤਿਆਰ ਹੈ ਖੇਡ ਦੇ ਮੈਦਾਨ ਦੇ ਵਿੱਚ ਜਾਫੀ ਚਾਰ ਹੁਣ ਕੌਣ ਲਾ ਕੇ ਜੱਫਾ ਬੱਲੇ ਬੱਲੇ ਕਰਵਾਵੇਗਾ ਹਰਿਆਣੇ ਵਾਲਾ ਅਕਾਲੀ ਤਿਆਰ ਹੈ ਨਾਲ ਬਰਸਾਲਪੁਰੀ ਆ ਗਿਆਨੀ ਹੈ ਹੁਣ ਕੌਣ ਮੇਰੇ ਮਿੱਤਰੋ ਸੰਗਤ ਦੂਰ ਦੁਰਾਡੇ ਤੋਂ ਪੁੱਜੀ ਹੋਈ ਹੈ ਮੁੰਡਾ ਐਨ ਕਲਹਿਰੀ ਮੋਰ ਪਰ ਸਾਹਮਣੇ ਕਹਿੰਦੇ ਡਬਲ ਟੱਚ ਹੋ ਗਿਆ ਤਕੜੇ ਪੜ ਦਾ ਵਾਧਾ ਇਸ ਵੇਲੇ ਸੋਨੀ ਨੌਜਵਾਨ ਗੱਭਰੂ ਕਰ ਰਿਹਾ ਹੋਇਆ ਕਬੱਡੀ ਪਾਉਣ ਦੇ ਲਈ ਆ ਗਿਆ ਗੱਭਰੂ ਹਿੰਦਾ ਠੌਲੇ ਵਾਲ ਲਾਓ ਸਾਹਮਣੇ ਹਿੰਦੇ ਦੀ ਰੇਡ ਖੇਡਦੇ ਮੈਦਾਨ ਦੇ ਵਿੱਚ ਸੇਠੀ ਦੁਸਾਰਨਾ ਵਾਲਾ ਵੀ ਆ ਹੈ ਕਬੱਡੀ ਦਾ ਪ੍ਰਸਿੱਧ ਖਿਡਾਰੀ ਆਪਾਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂਗੇ ਚਾਰ ਜਾਫੀਆਂ ਦੇ ਵਿੱਚੋਂ ਸਾਹਮਣੇ ਸੱਤੀ ਸਮਾਓ ਵਾਲਾ ਸੁੱਚੇ ਸਿੰਘ ਸੂਰਮੇ ਨੂੰ ਕਹਿੰਦੇ ਪੂਰੀ ਦੁਨੀਆ ਜਾਣਦੀ ਹੈ ਕਿਉਂ ਜਾਣਦੀ ਹੈ ਉਹਨੇ ਕੰਮੀ ਮੇਰੇ ਵੀਰਿਓ ਯੋਧਿਆਂ ਵਾਲੇ ਕੀਤੇ ਹੈ ਆ ਗਿਆ ਤੜਪੇ ਦਾ ਸੰਦੀਪ ਕਬੱਡੀ ਦੇ ਵਿੱਚ ਕਹਿੰਦੇ ਪਹਾੜ ਵੀ ਕਹਿੰਦੀ ਹੈ ਦੁਨੀਆ ਕਦੇ ਕੈਨੇਡਾ ਦੇ ਕੱਪ ਦਾ ਬੈਸਟ ਕਦੇ ਦੁਬਈ ਦੇ ਕੱਪ ਦਾ ਬੈਸਟ ਕਦੇ ਅਮਰੀਕਾ ਦੇ ਕੱਪ ਦਾ ਬੈਸਟ ਪਰ ਇਧਰਲੇ ਪਾਸੇ ਵਾਹ ਵਾਹ ਗੱਡਾ ਟੰਗੇ ਹੋ ਗਿਆ ਲੈ ਸੇਠੀ ਦੱਸੀ ਗੱਭਰੂ ਹੈ ਸੀਪਾ ਖੇੜੀ ਗੁਦਰਾ ਵਾਲੇ ਨੇ ਜਫਾ ਲਾ ਦਿੱਤਾ ਹੈ ਮੈਦਾਨ ਦੇ ਵਿੱਚ ਦੜਬੇ ਦੇ ਸੰਦੀਪ ਨੂੰ ਲੈ ਵੀ ਕਾਬਲ ਕਰੀ ਗੱਲ ਐਨ ਬਿੰਦਾ ਚਮਕੌਰ ਸਾਹਿਬ ਵਾਲਾ ਇਸ ਵੇਲੇ ਗੱਭਰੂ ਬਲਿਆ ਹੋਇਆ ਤੇ ਸਾਹਮਣੇ ਕਹਿੰਦੇ ਸੱਤੀ ਤਿਆਰ ਹੈ ਫੁੱਲਾ ਸੂਚਕ ਵਾਲਾ ਤਿਆਰ ਹੈ ਨਾਲ ਚਿਰਾਗਦੀਨ ਮੰਝਾਂ ਵਾਲੇ ਦਾ ਤੇ ਤੁੱਗਾਂ ਵਾਲੇ ਦੀ ਚੜ੍ਹਤ ਹੈ ਹੁਣ ਕੌਣ ਜੱਫਾ ਲਾਵੇਗਾ ਇਹ ਤੇ ਸਮੇਂ ਦੀਆਂ ਗੱਲਾਂ ਹੋਣੀਆਂ ਐਨ ਤੁੱਗਾਂ ਵਾਲਾ ਨੌਜਵਾਨ ਉਹ ਤੁੱਗ 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 ਫੈਸਲੇ ਕੀ ਹੋਣਗੇ ਥੋੜੀ ਉਮੀਦ ਕੀ ਹੋਈ ਹੈ ਪੁਆਇੰਟ ਰੇਡਰ ਨੂੰ ਦੇ ਦਿੱਤਾ ਗਿਆ ਤੇ ਸੰਗਤ ਖੁਸ਼ ਹੈ ਲਵੀ ਪਾਪ ਤੋਂ ਨੌਜਵਾਨ ਨੂਰਪੁਰ ਵੇਟ ਵਾਲਿਆ ਕਬੱਡੀ ਨੂਰਪੁਰ ਵੇਟ ਕਦੇ ਗੱਲਾਂ ਸਿੱਧਵਾਂ ਵੇਟ ਦੀਆਂ ਕਦੇ ਕੁਟਾਲਾ ਵੇਟ ਦੀਆਂ ਪਰ ਆ ਵੀ ਕਹਿੰਦੇ ਨੌਜਵਾਨ ਨੂਰਪੁਰ ਵੇਟ ਪਿੰਡ ਦਾ ਖਿਡਾਰੀ ਇਸ ਵੇਲੇ ਵਧਿਆ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਦਰਸ਼ਨੀ ਸਰੀਰ ਹੈ ਉਸ ਨੌਜਵਾਨ ਦਾ
ਢਿੱਲਵਾਂ ਦੇ ਭੂਰੇ ਵਰਗਾ ਹੁਣ ਕੌਣ ਲਾ ਕੇ ਜੱਫਾ ਬੱਲੇ ਬੱਲੇ ਕਰਵਾਵੇਗਾ ਦੁਨੀਆ ਬਿੰਦੀ ਨਜ਼ਾਰਾ ਸਾਹਮਣੇ ਫੈਸਲੇ ਕੀ ਤੇ ਡਬਲ ਟੱਚ ਦਾ ਪੁਆਇੰਟ ਜਿਹੜਾ ਉਹ ਬੱਬੂ ਉਸ ਵੇਲੇ ਨਜ਼ਰ ਜੋੜਦਾ ਹੋਇਆ ਲੈ ਵੀ ਖੋਖਰ ਵਾਲਿਆ ਕਰੀ ਗੱਲ ਗੱਭਰੂ ਲਓ ਸਾਹਮਣੇ ਕਹਿੰਦੇ ਸੱਜਣ ਆ ਗਿਆ ਸਚਿਨ ਤੇਂਦੁਲਕਰ ਨੂੰ ਦੁਨੀਆ ਕ੍ਰਿਕਟ ਦੇ ਗਾਡ ਦੇ ਤੌਰ ਤੇ ਜਾਣਦੀ ਹੈ ਪਰ ਆ ਵੀ ਮੁੰਡਾ ਕਹਿੰਦੇ ਨਵੀਂ ਨਕੋੜ ਰਹਿ ਕਿ ਵਿੱਚ ਜੋ ਜਵਾਨੀ ਕੋਈ ਮਲ ਨਹੀਂ ਉਹ ਮਾਰਦਾ ਬੁੱਢੇ ਵੇਲੇ ਰਹਿੰਦਾ ਜਵਾਨੀ ਉਹ ਭਾਲਦਾ ਲੰਘੇ ਹੋਏ ਵਕਤ ਮੈਨੂੰ ਗਏ ਕਦੇ ਫੜੇ ਨਾ ਕਾਹਦੀ ਉਹ ਜਵਾਨੀ ਜਿਹੜੀ ਉਡੂ ਉਡੂ ਕਰੇ ਨਾ ਕਾਹਦੀ ਉਹ ਜਵਾਨੀ ਜਿਹੜੀ ਉਡੂ ਉਡੂ ਕਰੇ ਨਾ ਦੁੱਗਾ ਵਾਲੇ ਨੇ ਦੁੱਗ ਦੁੱਗ ਕਰਵਾ ਦਿੱਤੀ ਹੈ ਖੇਡਦੇ ਮੈਦਾਨ ਦੇ ਵਿੱਚ ਖੁਸ਼ਦੀਪ ਸਿੰਘ ਗਿੱਲ ਲਓ ਸਾਹਮਣੇ ਫਿਰ ਆ ਗਿਆ ਨੌਜਵਾਨ ਰੇਡ ਪਾਉਣ ਦੇ ਲਈ ਆ ਜਾ ਵੀ ਨਗਲੇ ਵਾਲਿਆ ਫਿਰ ਉੱਥੇ ਨੌਜਵਾਨ ਇੱਧਰ ਵੇਖਦੇ ਹਾਂ ਸਾਹਮਣੇ ਫੌਜੀ ਬੱਲੇ 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 ਵੱਜ ਗਈ ਪ੍ਰੈਸ ਕੋਲਡ ਵਾਲੇ ਦੀ ਦੁਨੀਆ ਦਵਾਨੀ ਰਹੀ ਹੈ ਗੱਲਾਂ ਕਹਿੰਦੇ ਦੂਰ ਦੁਰਾਡੇ ਹੋਈਆਂ ਪਰ ਸਾਹਮਣੇ ਲਾਲੀ ਇਸ ਵੇਲੇ ਕਬੱਡੀ ਪਾਉਣ ਦੇ ਲਈ ਤਿਆਰ ਹੈ ਯਾਪੀ ਚਾਰ ਹੈ ਹੁਣ ਕੌਣ ਬੱਲੇ ਬੱਲੇ ਕਰਵਾਵੇਗਾ ਲਵੀ ਚਿਰਾਗ ਦੀ ਨੂੰ ਫੜ ਤਿਆਰੀ ਤੇ ਸਾਹਮਣੇ ਫੁੱਲਾ ਸ਼ੁਸ਼ਕ ਵਾਲਾ ਇਸ ਵੇਲੇ ਗੱਭਰੂ ਟਰਾਈ ਕਰਦਾ ਹੈ ਪਰ ਤਕੜੇ ਪੁਆਇੰਟ ਦਾ ਵਾਧਾ ਇਸ ਵੇਲੇ ਹੋ ਚੁੱਕਿਆ ਹੈ ਸਿੱਲੂ ਹਰਿਆਣੇ ਵਾਲਾ ਆ ਗਿਆ ਕਬੱਡੀ ਪਾਉਣ ਦੇ ਲਈ ਨਜ਼ਰ ਲਓ ਸਾਹਮਣੇ ਸਿੱਲੂ ਆ ਗਿਆ ਬੱਬਲ ਸੰਗਰੂਰ ਕਹਿੰਦੇ ਮਾਣ ਕਰਦਾ ਇਹਨਾਂ ਖਿਡਾਰੀਆਂ ਤੇ ਮੇਰੇ ਵੀਰਿਓ ਇਸ ਵਾਰ ਕੈਨੇਡਾ ਦੇ ਵਿੱਚ ਬੀਸੀ ਦੇ ਵਿੱਚ ਸਰਬਸੰਮਤੀ ਦੇ ਨਾਲ ਪ੍ਰਧਾਨ ਬਣਾਇਆ ਇਹ ਕਹਿੰਦੇ ਉਹਦੀ ਟੀਮ ਦਾ ਖਿਡਾਰੀ ਰਿਹਾ ਲਓ ਸਾਹਮਣੇ ਵੇਖਦੇ ਵੀ ਸਿੱਲੂ ਤੇ ਸਿੱਖ ਸਰਦਾਰ ਗੱਭਰੂ ਐਨ ਅੜ ਗਿਆ ਪੇਚਾ ਖੇਡਦੇ ਮੈਦਾਨ ਦੇ ਵਿੱਚ ਪਰ ਸਿੱਲੂ ਤੇ ਸਿੱਲੂ ਹੈ ਸਿੱਲੂ ਤੇ ਸਿੱਲੂ ਹੈ ਪੁਆਇੰਟ ਰੇਡਰ ਦਾ ਲੈ ਵੀ ਕਾਬਲ ਕਰ ਗੱਲ ਨੌਜਵਾਨ ਐਨ ਹਿੰਦਾ ਠੌਲੇ ਵਾਲਾ ਇਸ ਵੇਲੇ ਮੋਹਾਲੀ ਏਰੀਏ ਮੋਹਾਲੀ ਜ਼ਿਲ੍ਹੇ ਦਾ ਖਿਡਾਰੀ ਤੇ ਸਾਹਮਣੇ ਤੁਗ 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 ਬਾਵੇ ਗੱਭਰੂ ਹੈ ਸਵਾਦ ਹੈ ਵੱਜ ਗਈ ਖਿੱਚ ਉਖੜੇ ਪੈਰ ਤੇ ਲਾ ਤਕੜਾ ਜੱਫਾ ਬੱਲੇ ਬੱਲੇ ਕਰਵਾਉਂਦਾ ਹੋਇਆ ਕਹਿੰਦੇ ਬਾਟਰ ਬ੍ਰੇਕ ਹੈ ਆਰਾਮ ਦੇ ਪਲ ਹੋਣਗੇ ਕੁਝ ਸਕਿੰਟ ਦੇ ਲਈ ਪ੍ਰੋਫੈਸਰ ਕਪਾਲ ਸਿੰਘ ਜੀ ਕਾਵਲ ਸਿੰਘ ਜੀ ਬੇਨਤੀ ਹੈ ਸੈਮੀ ਫਾਈਨਲ ਮੈਚ ਦੀਆਂ ਟੀਮਾਂ ਨੂੰ ਸਰਹਾਲਾ ਕਬੱਡੀ ਕਲੱਬ ਰਣੂਆ ਤੇ ਦਸ਼ਮੇਸ਼ ਕਬੱਡੀ ਕਲੱਬ ਨਕੋਦਰ ਪਲੀਜ਼ ਸਰਦਾਰ ਸੁਰਜਣ ਸਿੰਘ ਜੀ ਚੱਠਾ ਵਿਸ਼ੇਸ਼ ਤੌਰ ਤੇ ਪਹੁੰਚੇ ਹੈ ਨਾਲ ਸਰਦਾਰ ਬਲਵੀਰ ਸਿੰਘ ਜੀ ਬਿੱਟੂ ਜੋ ਕਾਰਜਕਾਰੀ ਪ੍ਰਧਾਨ ਹੈ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੀ ਬੇਨਤੀ ਹੈ ਦੋਨੋਂ ਟੀਮਾਂ ਨੂੰ ਪਲੀਜ਼ ਜਲਦੀ ਦੇ ਨਾਲ ਆ ਜਾਣ ਸਰਹਾਲਾ ਕਬੱਡੀ ਕਲੱਬ ਰਣੂਆ ਤੇ ਨਾਲ ਦਸ਼ਮੇਸ਼ ਕਬੱਡੀ ਕਲੱਬ ਸਰਦਾਰ ਸਨਮੀਤ ਸਿੰਘ ਜੀ ਹੈਨਰੀ ਸਿੱਧੂ ਸਾਹਿਬ ਕਿਰਪਾਲ ਸਿੰਘ ਜੀ ਨਾਥਾ ਹੈਪੀ ਠੇਕੇਦਾਰ ਕਰਮਜੀਤ ਟੌੜਾ ਪਰਸ਼ੋਤਮ ਖਜਾਂਚੀ ਰਾਜਾ ਚੰਡੀਗੜ੍ਹੀਆ ਕਾਲਾ ਪੁੱਟੋ ਮਾਸਟਰ ਰਜੇਸ਼ ਜੀ ਸਿਕੰਦਰ ਖਾਨ ਬੰਸੀ ਸਾਰੇ ਭਰਾਵਾਂ ਦਾ ਧੰਨਵਾਦ ਸਾਰੇ ਭਰਾਵਾਂ ਦਾ ਧੰਨਵਾਦ ਹੈ ਪਰ ਸਾਹਮਣੇ ਤੀਰ ਵਰਗਾ ਗੱਭਰੂ ਕਮਾਨ ਬਣਿਆ ਹੋਇਆ ਯਾਫੀ ਚਾਰ ਹੈ ਚਾਰਾਂ ਚੋਂ ਟਰਾਈ ਤਕੜੀ ਹੈ ਪਰ ਸੋਨੀ ਤਕੜੇ ਪੈਰ ਦਾ ਵਾਧਾ ਕਰ ਗਿਆ ਪ੍ਰੋਫੈਸਰ ਕਪਾਲ ਜੀ ਕਹਿੰਦੇ ਟਾਈਮ ਕੀਪਰ ਖੜੇ ਆ ਮੈਂ ਪੁੱਛਿਆ ਵੀ ਹਰਦੀਪ ਤਾਊ ਦਾ ਨੌ ਤਾਊ ਕਿਉਂ ਪੈ ਗਿਆ ਸੀ ਇਹ ਕਹਿੰਦੇ ਵੀ ਉਹ ਸਭ ਤੋਂ ਉੱਚਾ ਸੀ ਤੇ ਬਾਕੀ ਸਾਰੀ ਅਕੈਡਮੀ ਦਾ ਪ੍ਰਬੰਧ ਚਲਾਉਂਦਾ ਸੀ ਹਰਿਆਣੇ ਵਾਲੇ ਕਹਿੰਦੇ ਵੀ ਅਸੀਂ ਸਾਂਭ ਸੰਭਾਲ ਵਾਲੇ ਘਰ ਦੇ ਮਾਲਕ ਨੂੰ ਤਾਇਆ ਜੀ ਕਹਿੰਦੇ ਆ ਤੇ ਨਾਂ ਬਣ ਗਿਆ ਤਾਊ ਪਰ ਸਾਹਮਣੇ ਨੌਜਵਾਨ ਇਸ ਵੇਲੇ ਚਮਕੌਰ ਸਾਹਿਬ ਵਾਲਾ ਪਿੰਡਾ ਦੁੱਗ 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 ਬੱਲੇ 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 ਬਾਵੇ ਗੱਭਰੂਆ ਸਵਾਲ ਕਬੱਡੀ ਦਾ ਲਵੀ ਪਿੰਡਿਆ ਜੇ ਨੰਬਰ ਲੈ ਗਿਆ ਤੇ ਦੁਨੀਆ ਗੱਲਾਂ ਕਰੋ 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 ਹੋ 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 ਬਾਕੀ ਸਵਾਦ ਹੈ ਕਬੱਡੀ ਦਾ ਲਵੀ ਖੋਖਰ ਵਾਲਿਆ ਕਰ ਗਿਆ ਗੱਲ ਗੱਭਰੂ ਹੈ ਕਬੱਡੀ ਪਾਉਣ ਦੇ ਲਈ ਬੱਬੂ ਇਸ ਵੇਲੇ ਨੌਜਵਾਨ ਬੱਬੂ ਕਦੇ ਕਹਿੰਦੇ ਭੜਾਣੇ ਵਾਲਾ ਕਦੇ ਲਸਾੜੇ ਵਾਲਾ ਆ ਤੁਹਾਡੇ ਸਾਹਮਣੇ ਹੈ ਨੂਰਪੁਰੇ ਵਾਲਾ ਮੈਦਾਨ ਦੇ ਵਿੱਚ ਕਬੱਡੀ ਬਾਹਰੇ ਹੈ ਦੁੱਗਾ ਵਾਲੇ ਨੇ ਐਵੇਂ ਨੀ ਚਾਰ ਟਰੈਕਟਰ ਜਿੱਤੇ ਤੇ ਟੋਰਾਂਟੋ ਦੇ ਵਿੱਚ ਰਿਕਾਰਡ ਬਣਾਏ ਇੱਕ ਮੈਚ ਦੇ ਵਿੱਚ 27-27 ਜਫੇ ਲਾ ਕੇ ਪਰ ਇਧਰਲੇ ਪਾਸੇ ਵੀ ਮੁਕਾਬਲਾ ਸਖਤ ਬੱਬੂ ਤੇ ਗਿਆਨੀ ਹੋ ਗਿਆ ਮੁਕਾਬਲਾ ਭੀੜੀ ਗਲੀ ਵਿੱਚ ਹੋ ਗਏ ਟਾਕਰੇ ਵਾਹੇ ਬਰਸਾਲਪੁਰੀਆ ਗਿਆਨੀ ਹੈ ਨੌਜਵਾਨ ਗੱਭਰੂ ਬਰਸਾਲਪੁਰੀਆ ਗਿਆਨੀ ਬੱਲੇ ਬੱਲੇ ਕਰਵਾ ਗਿਆ ਵੀ ਸਾਰਾ ਮੇਲਾ ਤੂੰ ਲੁੱਟਿਆ ਤੈਨੂੰ ਕਿਸੇ ਗੱਭਰੂ ਨੇ ਲੁੱਟ ਲੈਣਾ ਤੰਦੂਲਕਰ ਇਸ ਵੇਲੇ ਭਾਈ ਵਾਲਾ ਕੈਥਲ ਡਿਸਟ੍ਰਿਕਟ ਦਾ ਖਿਡਾਰੀ ਹੈ
ਐਨ ਕਹਿੰਦੇ ਕਲੇਰੀ ਮੋੜ ਵਰਗੀ ਪਈ ਹੋਈ ਪਾਲ ਹੈ, ਬਾਲਾਂ ਦਾ ਸਟਾਈਲ ਵੱਖਰਾ ਹੈ, ਇਸ ਖਿਡਾਰੀ ਦਾ ਤੇ ਜਾਫੀ ਚਾਰ, ਚਾਰਾਂ ਚੋਂ ਫੁੱਲ ਨੌਜਵਾਨ ਫੁੱਲਾਂ ਸ਼ੂਸ਼ਕ ਵਾਲਾ, ਵੱਜੀ ਪ੍ਰੈਸ ਤੇ ਉਖੜੇ ਪੈਰ, ਪਰ ਤਕੜੇ ਪੈਰ ਦਾ ਵਾਧਾ ਨੌਜਵਾਨ ਕਰ ਗਿਆ, ਹੁਸ਼ਿਆਰਪੁਰੀਆ ਫੇਲ ਆ ਗਿਆ। ਹਰਜੀਤ ਸਿੰਘ ਜੀ ਸੱਜਣ ਸਾਹਿਬ ਰੱਖਿਆ ਮੰਤਰੀ ਬਣੇ ਆ ਕਨੇਡਾ ਦੇ ਵਿੱਚ, ਉਹਨਾਂ ਦਾ ਕਹਿੰਦੇ ਬਵੇਲੀ ਪਿੰਡ ਹੈ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ, ਆ ਉਸੇ ਜ਼ਿਲ੍ਹੇ ਤੋਂ ਆਇਆ, ਇਹ ਮਹਿੰਦਰ ਪੋਲੇ ਦੇ ਜ਼ਿਲ੍ਹੇ ਤੋਂ ਆਇਆ ਤੇ ਕਹਿੰਦੇ ਧੋਖੀ ਦੋ ਹੋਇਆ ਹੁਸ਼ਿਆਰਪੁਰ ਜ਼ਿਲ੍ਹਾ, ਤੇ ਸਾਹਮਣੇ ਨੌਜਵਾਨ ਗੱਭਰ ਉਸ ਵੇਲੇ ਤਕੜੇ ਪਿੰਡ ਦਾ ਵਾਧਾ ਕਰਦਾ ਹੋਇਆ ਫੌਜੀ ਸਲਾਮੂ ਦਾ ਵੀਰ, ਲੈ ਵੀ ਖੋਖਰ ਵਾਲਾ ਲਾਲੀ ਆ ਗਿਆ ਕਰੀ ਗੱਲ ਗੱਭਰੂ, ਲਓ ਸਾਹਮਣੇ ਲਾਲੀ ਆ ਗਿਆ ਰੇਡ ਪਾਉਣ ਦੇ ਲਈ ਮੈਦਾਨ ਦੇ ਵਿੱਚ। ਹੁਣ ਵੇਖਦਾ ਵੀ ਚਾਰ ਜਾਫੀ ਤਿਆਰ ਨੇ। ਮੈਂ ਬੇਨਤੀ ਕਰਦਾ ਦੋਨੋਂ ਟੀਮਾਂ ਨੂੰ, ਸਰਹਾਲਾ ਕਬੱਡੀ ਕਲੱਬ ਰਣੂਆ ਤੇ ਦਸ਼ਮੇਸ਼ ਕਬੱਡੀ ਕਲੱਬ ਨਗੋਦਰ, ਦੋਨੋਂ ਟੀਮਾਂ ਪਹੁੰਚ ਜਾਣ। ਸੁੱਖਾ ਬੌਂਸਰ ਵੀ ਆਇਆ ਸਾਡਾ ਭਰਾ, ਜਿਸ ਦਾ ਬੁਲਟ ਦੇ ਨਾਲ ਮਾਨ ਸਨਮਾਨ ਹੋਇਆ, ਨੀਕਾ ਬੌਂਸਰ ਵੀ ਆਇਆ। ਆਪਾਂ ਧੰਨਵਾਦ ਕਰਾਂਗੇ ਸਾਰੇ ਭਰਾਵਾਂ ਦਾ। ਤੇ ਅੱਜ ਦਾ ਟੂਰਨਾਮੈਂਟ ਮਨਜੀਤ ਸਟੂਡੀਓ ਸਾਡਾ ਵੀਰ ਲਾਈਵ ਕਰ ਰਿਹਾ। ਲਓ ਹਰਿਆਣੇ ਵਾਲਾ ਸੀਲੂ ਆ ਗਿਆ, ਸੀਲੂ ਇਸ ਵੇਲੇ ਆ ਗਿਆ, ਟਮੈਟਾ ਦੀ ਗੱਡੀ ਨੋਵਾ ਦੇ ਨਾਲ ਮਾਨ ਸਨਮਾਨ ਹੋਇਆ। ਤੇ ਟਮੈਟਾ ਨੇ ਕਹਿੰਦੇ ਫਾਰਚੂਨਰ ਵੀ ਬਣਾਈ ਹੈ, ਫਾਰਚੂਨਰ ਮੈਨੇ ਕਿਸਮਤ ਹੁੰਦਾ, ਪਰ ਸਾਹਮਣੇ ਨੌਜਵਾਨ ਰੱਖਦਾ ਧੌਲ ਤੇ ਹੱਥ ਤੇ ਇਸ ਵੇਲੇ ਤਕੜੇ ਪਿੰਡ ਦਾ ਵਾਧਾ। ਪਾਈ ਵਾਲੇ ਕਾਲੀ ਨੇ ਤੜਾਈ ਕੀਤੀ ਸੀ, ਪਰ ਹਰਿਆਣੇ ਵਾਲਾ ਹਰਿਆਣੇ ਵਾਲੇ ਤੋਂ ਭੱਜ ਗਿਆ। ਹਠੌਲੇ ਥੌਲੇ ਵਾਲਾ ਇਸ ਵੇਲੇ ਹਿੰਦਾ, ਨੌਜਵਾਨ ਗੱਭਰੂ ਕਬੱਡੀ ਪਾਉਣ ਦੇ ਲਈ ਤਿਆਰ। ਇੱਕ ਫੱਕਰ ਝੰਡੇ ਦਾ ਮਸ਼ਹੂਰ ਹੋਇਆ, ਜਾਫੀ ਚਾਰ, ਸੱਤੀ ਦੀ ਟਰਾਈ ਆ ਤੇ ਬੱਲੇ ਬੱਲੇ ਹੋਈ ਪਈ ਹੈ, ਤੇ ਤਕੜੇ ਪਿੰਡ ਦਾ ਵਾਧਾ ਇਸ ਵੇਲੇ ਨੌਜਵਾਨ ਗੱਭਰੂ ਕਰ ਗਿਆ। ਲੈ ਵੀ ਖੋਖਰ ਵਾਲਾ ਸੋਨੀ ਆ ਗਿਆ ਕਰ ਗੱਲ ਗੱਭਰੂ, ਸੋਨੀ ਕਿ ਜ਼ਿਲ੍ਹਾ ਪਟਿਆਲਾ ਏਰੀਆ ਭਵਾਨੀਗੜ੍ਹ ਦਾ ਫਤਿਹਗੜ੍ਹ ਛੰਨਾ ਵਾਲੇ ਕਮਲ ਜੀ ਬੋਲੋ ਜੀ। ਸੋਨੀ ਇਸ ਵੇਲੇ ਵਧਿਆ ਹੋਇਆ ਖਿਡਾਰੀ, ਇੱਕ ਮਿੰਟ ਜੀ, ਇੱਕ ਮਿੰਟ, ਸਾਡੇ ਬਹੁਤ ਹੀ ਸਤਿਕਾਰਯੋਗ ਅੱਜ ਦੇ ਮੁੱਖ ਮਹਿਮਾਨ ਸਰਦਾਰ ਬਲਵੀਰ ਸਿੰਘ ਜੀ ਸਿੱਧੂ, ਮਾਨਯੋਗ ਕੈਬਨਿਟ ਮਿਨਿਸਟਰ ਪੰਜਾਬ, ਉਹਨਾਂ ਨੂੰ ਨਾਲ ਆ ਕੇ ਨਾਲ ਲੈ ਕੇ ਆ ਰਹੇ ਨੇ ਸਾਡੇ ਕਲੱਬ ਦੇ ਸੰਸਥਾਪਕ ਸਰਦਾਰ ਰਾਹੁਲ ਇੰਦਰ ਸਿੰਘ ਜੀ ਸਿੱਧੂ, ਸਪੁੱਤਰ ਸਰਦਾਰ ਨਿਰਜਿੰਦਰ ਕੌਰ ਜੀ ਪੱਠਲ ਅਤੇ ਸਰਦਾਰ ਬਿਕਰਮਜੀਤ ਸਿੰਘ ਜੀ ਬਾਜਵਾ, ਦਾਮਾਦ ਸ਼੍ਰੀਮਤੀ ਰਜਿੰਦਰ ਕੌਰ ਜੀ ਪੱਠਲ ਕੁਝ ਸਕਿੰਟਾਂ ਦੇ ਅੰਦਰ ਹੀ ਸਾਡੇ ਦਰਮਿਆਨ ਪਹੁੰਚ ਚੁੱਕੇ ਨੇ। ਅਸੀਂ ਉਹਨਾਂ ਦਾ ਕਲੱਬ ਵੱਲੋਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਉਹਨਾਂ ਨੂੰ ਇੱਥੇ ਆਉਣ 'ਤੇ ਜੀ ਆਇਆਂ ਕਹਿੰਦੇ ਹਾਂ। ਸਾਡੇ ਕਲੱਬ ਦੇ ਸਰਪ੍ਰਸਤ, ਸਾਡੇ ਸੀਨੀਅਰ ਵਰਕਰ ਸਾਹਿਬਾਨ ਉਹਨਾਂ ਨੂੰ ਰਿਸੀਵ ਕਰਕੇ ਸਟੇਜ ਵੱਲ ਲੈ ਕੇ ਆ ਰਹੇ ਨੇ। ਮਾਨਯੋਗ ਕੈਬਨਿਟ ਮਿਨਿਸਟਰ ਸਰਦਾਰ ਬਲਵੀਰ ਸਿੰਘ ਜੀ ਸਿੱਧੂ, ਉਹਨਾਂ ਦੇ ਨਾਲ ਸਰਦਾਰ ਰਾਹੁਲ ਇੰਦਰ ਸਿੰਘ ਜੀ ਸਿੱਧੂ, ਸਪੁੱਤਰ ਸਰਦਾਰ ਨਿਰਜਿੰਦਰ ਕੌਰ ਜੀ ਪੱਠਲ ਸਟੇਜ ਵੱਲ ਨੂੰ ਆ ਰਹੇ ਨੇ। ਅਸੀਂ ਆਪਣੇ ਕਲੱਬ ਵੱਲੋਂ, ਆਪਣੇ ਹਲਕੇ ਵੱਲੋਂ, ਆਪਣੇ ਸਮੂਹ ਵਰਕਰਾਂ ਵੱਲੋਂ ਸਿੱਧੂ ਸਾਹਿਬ ਨੂੰ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਜੀ ਆਇਆਂ ਕਹਿੰਦੇ ਹਾਂ ਅਤੇ ਉਹਨਾਂ ਦੇ ਇੱਥੇ ਆਉਣ ਦੇ ਲਈ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਨਾਲ ਸਰਦਾਰ ਬਿਕਰਮਜੀਤ ਸਿੰਘ ਜੀ ਬਾਜਵਾ, ਦਾਮਾਦ ਸ਼੍ਰੀਮਤੀ ਰਜਿੰਦਰ ਕੌਰ ਜੀ ਪੱਠਲ ਸਟੇਜ ਦੇ ਉੱਤੇ ਆ ਕੇ ਜਸ ਬਿਰਾਜਮਾਨ ਹੋਣਗੇ। ਸਰਦਾਰ ਬਲਵੀਰ ਸਿੰਘ ਜੀ ਸਿੱਧੂ ਸਭ ਤੋਂ ਪਹਿਲਾਂ ਉਹ ਆ ਕੇ ਸਾਡੇ ਸਤਿਕਾਰਯੋਗ ਪਿਤਾ ਸਮਾਨ ਸਰਦਾਰ ਲਾਲ ਸਿੰਘ ਜੀ ਸਿੱਧੂ, ਜਿਨ੍ਹਾਂ ਦੇ ਨਾਮ ਦੇ ਉੱਪਰ ਇਹ ਕਲੱਬ ਚੱਲ ਰਿਹਾ ਹੈ, ਉਹਨਾਂ ਦੇ ਸ਼ਮਾਂ ਨੂੰ ਰੋਸ਼ਨ ਕਰਨਗੇ। ਮਾਨਯੋਗ ਕੈਬਨਿਟ ਮਿਨਿਸਟਰ ਪੰਜਾਬ ਸਰਦਾਰ ਬਲਵੀਰ ਸਿੰਘ ਜੀ ਸਿੱਧੂ ਉਹ ਸ਼ਮਾਂ ਨੂੰ ਰੋਸ਼ਨ ਕਰਦੇ ਹੋਏ, ਮੈਂ ਫੈਡਰੇਸ਼ਨ ਪਾਸੋਂ ਇਸ ਸਮੇਂ ਦੀ ਮਾਫ਼ੀ ਚਾਹੁੰਦਾਗਾ ਕਿ ਇਹ ਸਾਡੇ ਲਈ ਬਹੁਤ ਜ਼ਰੂਰੀ ਸੀ। ਸਰਦਾਰ ਬਲਵੀਰ ਸਿੰਘ ਜੀ ਸਿੱਧੂ ਮਾਨਯੋਗ ਕੈਬਨਿਟ ਮਿਨਿਸਟਰ ਪੰਜਾਬ ਸ਼ਮਾਂ ਨੂੰ ਰੋਸ਼ਨ ਕਰਦੇ ਹੋਏ, ਉਹਨਾਂ ਦੇ ਨਾਲ ਸਰਦਾਰ ਰਾਹੁਲ ਇੰਦਰ ਸਿੰਘ ਜੀ ਸਿੱਧੂ, ਸਪੁੱਤਰ ਸਰਦਾਰ ਨਿਰਜਿੰਦਰ ਕੌਰ ਜੀ ਪੱਠਲ, ਸਰਦਾਰ ਬਿਕਰਮਜੀਤ ਸਿੰਘ ਜੀ ਬਾਜਵਾ, ਦਾਮਾਦ ਸ਼੍ਰੀਮਤੀ ਰਜਿੰਦਰ ਕੌਰ ਜੀ ਪੱਠਲ, ਮੈਂ ਸਾਰੇ ਵਰਕਰ ਸਾਹਿਬਾਨਾਂ ਨੂੰ ਵੀ ਬੇਨਤੀ ਕਰਦਾ ਆਪਣੀਆਂ ਆਪਣੀਆਂ ਡਿਊਟੀਆਂ 'ਤੇ ਬਾਖੂਬੀ ਤਾਇਨਾਤ ਰਹਿਣ।
ਸਾਡੀ ਸਮਾਗਤੀ ਕਮੇਟੀ ਮਾਨਯੋਗ ਸਿੱਧੂ ਸਾਹਿਬ ਨੂੰ ਸਟੇਜ ਵੱਲ ਲੈ ਕੇ ਆਉਂਦੀ ਰਹੀ ਆਉਂਦੇ ਹੋਏ ਅਸੀਂ ਉਹਨਾਂ ਨੂੰ ਮੋੜ ਤੋਂ ਆਪਣੇ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਆਪਣੇ ਕਲੱਬ ਵੱਲੋਂ ਜੀ ਆਇਆਂ ਕਹਿੰਦੇ ਹਾਂ ਅਤੇ ਇੱਥੇ ਪਹੁੰਚਣ ਦੇ ਉੱਤੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਹੈ ਧੰਨਵਾਦ ਕਰਦੇ ਹਾਂ ਇਸ ਦੇ ਲਈ ਉਹਨਾਂ ਨੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਆਪਣੇ ਇਹਨਾਂ ਰੁਝੇਵਿਆਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਕਲੱਬ ਨੂੰ ਜਿਹੜਾ ਆ ਕੇ ਇੱਥੇ ਸਿਰ ਤੇ ਹੱਥ ਰੱਖ ਬਹੁਤ ਬਹੁਤ ਧੰਨਵਾਦ ਹੈ ਸਰਦਾਰ ਬਲਵੀਰ ਸਿੰਘ ਜੀ ਸਿੱਧੂ ਸਾਹਿਬ ਜਿਹੜੇ ਪਸ਼ੂ ਪਾਲਣ ਤੇ ਮੱਛੀ ਪਾਲਣ ਮੰਤਰੀ ਕੈਬਨਿਟ ਮੰਤਰੀ ਬਣੇ ਆ ਪੰਜਾਬ ਸਰਕਾਰ ਦੇ ਵਿੱਚ ਪਰ ਸਾਹਮਣੇ ਹੁਸ਼ਿਆਰਪੁਰੀ ਹੈ ਫਿਰ ਆ ਗਿਆ ਨੌਜਵਾਨ ਜਾਫੀ ਚਾਰ ਚਾਰੋਂ ਤਿਆਰ ਹੈ ਹੁਣ ਕੌਣ ਜੱਫਾ ਲਾਵੇਗਾ ਅਕਾਲੀ ਭਾਈ ਵਾਲਾ ਨਾਲ ਗੋਲਡੀ ਟੋਡਰਪੁਰੀ ਹੈ ਪਰ ਟਰਾਈ ਕਹਿੰਦੇ ਹਰਿਆਣੇ ਵਾਲੇ ਨੇ ਕੀਤੀ ਹੈ ਤੇ ਤਕੜੇ ਪਾਣ ਦਾ ਵਾਧਾ ਇਸ ਵੇਲੇ ਨੌਜਵਾਨ ਗੱਭਰੂ ਕਰ ਗਏ ਇੱਧਰ ਸਾਡੇ ਭਰਾ ਦਵਿੰਦਰ ਸਿੰਘ ਜੀ ਦੱਸ ਰਹੇ ਹੈ ਵੀ ਸਰਦਾਰ ਬਲਵੀਰ ਸਿੰਘ ਜੀ ਸਿੱਧੂ ਸਾਡੇ ਇਲਾਕੇ ਦੇ ਅਤੇ ਉਹਨਾਂ ਦੇ ਇਲਾਕੇ ਦੀ ਟੀਮ ਖੇਡ ਰਹੀ ਹੈ ਤੁਹਾਨੂੰ ਮੁਬਾਰਕਬਾਦ ਹੈ ਨਾਲ ਸਾਡਾ ਵੀਰ ਸੇਠੀ ਦੁਸਾਰਨਾ ਵਾਲਾ ਉਹ ਵੀ ਵਿਸ਼ੇਸ਼ ਤੌਰ ਤੇ ਵਜਾ ਅਗਲੀ ਗੱਲ ਮਾਈਕ ਤੋਂ ਸਾਡੇ ਭਰਾ ਧਰਮਾ ਹਰਿਆਊ ਤੇ ਅੰਤਰਰਾਸ਼ਟਰੀ ਕਬੱਡੀ ਬੁਲਾਰੇ ਸਤਪਾਲ ਖੜਿਆਲ ਜੀ ਮਾਈਕ ਤੋਂ ਸਾਂਝੀ ਕਰਨਗੇ ਸਰਦਾਰ ਸੁਰਜਣ ਸਿੰਘ ਜੀ ਚੱਠਾ ਸਰਦਾਰ ਬਲਵੀਰ ਸਿੰਘ ਜੀ ਬਿੱਟੂ ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਸਾਡੇ ਗੁਰਦੇਵ ਪ੍ਰਧਾਨ ਜੀ ਬੰਸੀ ਸਾਡਾ ਭਰਾ ਨੰਬਰਾਂ ਦੀ ਸੇਵਾ ਕਰ ਰਿਹਾ ਨਾਲ ਸ਼ੀਰਾ ਟਿੰਬਰਵਾਲ ਸਾਰਿਆਂ ਦਾ ਧੰਨਵਾਦ ਆਓ ਜੀ ਲਾਲ ਸਿੰਘ ਜੀ ਲਾਲੀ ਸਪੋਰਟਸ ਐਂਡ ਵੈਲਫੇਅਰ ਕਲੱਬ ਪ੍ਰਧਾਨ ਹੈ ਕਿਰਪਾਲ ਨਾਥਾ ਜੀ ਸਰਪ੍ਰਸਤ ਹੈ ਸਮੀਕ ਹੈਨਰੀ ਜੀ ਤੇ ਸਾਰੇ ਭਰਾਵਾਂ ਦਾ ਬਹੁਤ ਬਹੁਤ ਹੈਪੀ ਦਰਬਾਰਾ ਸਾਡਾ ਭਰਾ ਚੇਅਰਮੈਨ ਤੇ ਰਿੰਪੀ ਸਾਡਾ ਭਰਾ ਉਪ ਚੇਅਰਮੈਨ ਹੈ ਮੁੜ ਤੋਂ ਪਰਸੋਤਮ ਰਾਜ ਜੀ ਬੋਲ ਖਜ਼ਾਨਚੀ ਅਸੀਂ ਆਪਣੇ ਕਲੱਬ ਵੱਲੋਂ